जस्टिव देख रहे हो तुम मैं के पी सिंह टू द पॉइंट टू तुहाडा साहब का स्वागत करता। सत्त दौर दीआं बैठकां खत्म हो चुकियां, 40 दिन बीत चुके हैं। दिल्ली बॉर्डर ते किसान जथेबंदियां, किसान आगू, किसानां दे हमायती, आम लोग सब डटे हुए हैं। 6 थावां तों दिल्ली नूं घेरा पाया होया। इस सब दे विचाले आपदा प्रोग्राम भी दस्सिया जा चुकिया, पर जिहड़ी 7वें दौर की बैठक हुंदी है उस विच खेती कानूनां ते फिर कोई गलबात नहीं बनी। साडा सवाल इक्को ही होवेगा, गलबात नहीं बनी, इस सब दे विचाले सवाल ही बनदा टाइम टपाउण ते क्यों लगी सरकार। केंद्र के मंत्रियों ने बाहर आके की किया ते किसान जथेबंदी ने बाहर आके की किया, पहला सुन लगे। ਸਾਡੀ ਤਾਂ ਜੋ ਐਲਾਨ ਰਾਤੀ ਤੁਹਾਡੇ ਕੋਲ ਇੰਨੇ ਪ੍ਰੋਗਰਾਮਾਂ ਦੇ ਕੀਤੇ ਨੇ, ਸਾਰਿਆਂ ਕੋਲ ਕੀਤੇ ਹੋਏ ਨੇ, ਬਹੁਤ ਵੱਡੀਆਂ ਸੀ। ਆਸ਼ਾਵਾਂ ਇੰਨੀਆਂ ਨਹੀਂ ਸੀ, ਮੈਂ ਪਹਿਲਾਂ ਵੀ ਕਿਹਾ ਸੀ ਕੋਈ ਆਸ਼ਾਵਾਂ ਨਹੀਂ ਹੈ ਅੱਜ ਦੀ ਮੀਟਿੰਗ ਤੇ। ਸਾਨੂੰ ਹੋਰ ਅੰਦੋਲਨ ਆ ਜਿਹੜਾ ਉਹ ਤੇਜ਼ ਕਰਨਾ ਪੈਣਾ, ਵਿਸ਼ਾਲ ਕਰਨਾ ਪੈਣਾ। ਟਰੈਕਟਰ ਮਾਰਚ ਵੀ ਹੈ, ਉਹਨੂੰ ਕੱਲ ਨੂੰ ਅਸੀਂ 11 ਵਜੇ ਆਪਣਾ ਪ੍ਰੋਗਰਾਮ ਮੀਟਿੰਗਾਂ ਪੰਜਾਬ ਜਥੇਬੰਦੀਆਂ ਨੇ ਰੱਖੀਆਂ ਹੋਈਆਂ ਨੇ, 2 ਵਜੇ ਸੰਯੁਕਤ ਕਿਸਾਨ ਮੋਰਚਾ ਦੀਆਂ ਮੀਟਿੰਗ ਹੈ ਸਾਰੀਆਂ ਜਥੇਬੰਦੀਆਂ ਨੇ, ਉਹ ਸਾਰੇ ਹੀ ਪ੍ਰੋਗਰਾਮ ਜਿਵੇਂ ਕਿ ਮੰਨ ਲਓ ਲੋਹੜੀ ਵਾਲਾ ਪ੍ਰੋਗਰਾਮ, ਟਰੈਕਟਰ ਮਾਰਚ ਦਾ ਪ੍ਰੋਗਰਾਮ, ਔਰਤਾਂ ਦੇ ਕਿਸਾਨ ਜਥੇਬੰਦੀਆਂ ਦੇ ਪ੍ਰੋਗਰਾਮ, ਸੁਭਾਸ਼ ਚੰਦਰ ਵਾਲਾ ਪ੍ਰੋਗਰਾਮ 26 ਜਨਵਰੀ ਦਾ, ਸਾਰੇ ਪ੍ਰੋਗਰਾਮ ਨੇ ਜਿਹੜੇ ਕੱਲ੍ਹ ਨੂੰ ਫਾਈਨਲੀ ਮੀਟਿੰਗ ਕੀਤੀ ਬਰੀਕੀ 'ਚ, ਉਹਨਾਂ ਦੀ ਪਲੈਨਿੰਗ ਹੈ ਜਿਹੜੀ ਕੱਲ੍ਹ ਹੋ ਗਈ। ਦੇਖਿਏ, ਆਪ ਕੁਛ ਵੀ ਸੋਚਣੇ ਕੇ ਲਈ ਸੁਤੰਤਰ ਹੋ, ਲੇਕਿਨ ਮੈਂ ਕੁਛ ਵੀ ਸੋਚਣੇ ਕੇ ਲਈ ਸੁਤੰਤਰ ਨਹੀਂ ਹੂੰ। ਇਸ ਲਈ ਜਬ ਇਸ ਪ੍ਰਕਾਰ ਕੇ ਵਿਸ਼ੇ ਹੋਤੇ ਹੈ ਤੋ ਨਿਸ਼ਚਿਤ ਰੂਪ ਸੇ ਚਰਚਾ ਕੇ ਕਈ ਦੌਰ करना पड़ते हैं, समस्या के कानूनी पहलुओं को भी ध्यान में रखना पड़ता है, पूरे देश को भी ध्यान में रखना पड़ता है। देश में करोड़ों किसान हैं, उनकी अपनी भावनाएं हैं, उनके कानून के लाभ और हानि और हित उससे जुड़े हुए हैं, तो सरकार तो देश भर के किसानों के प्रति प्रतिबद्ध है ना। तो सरकार को जब कोई निर्णय करना है तो निश्चित रूप से सारे देश को ध्यान में रखकर ही निर्णय करेगी सरकार। आज मीटिंग में ये हुई कि जो 3 बिल हैं उस पर बातचीत हुई, और दोनों उसमें लंच से पहले और लंच के बाद में भी उसी पे बातचीत हुई, और फिर दोनों इशू पे MSP और 3 कानून को वापसी लेने पे ये है कि उन्होंने सरकार ने कहा कि हम 8 तारीख में फिर हम बात करेंगे। तारीख पे तारीख दी जा रही है और दे देने, तो हम क्या कहीं जा रहे हैं, हमको घर नहीं जाएंगे, बता दिया कानून वापसी नहीं तो घर वापसी नहीं। सब दे विचाले वड्डा सवाल इक्को पुछांगे इस डिबेट दे विच, वड्डा सवाल असीं इह पुछांगे, 7 दौर दीआं बैठकां तों बाद किसानां ते सरकार विच यकीन कित्थे खड़ा। इह शब्द ध्यान दिओ, यकीन कित्थे खड़ा, क्योंकि इसे यकीन ते बहस होनी चाहीदी है। ते पैनल साडा मौजूद हैगा, उहनां तुहाडा तारुफ करा रहे हैं फटाफट, ते चर्चा शुरू करदे हैं। राजीव गुजारा स्वराज इंडिया दे हरियाणा दे इंचार्ज आ, जैक सन ਜਗਿੰਦਰ ਯਾਦਵ ਹਰ ਨਾਲ, ਦਿਆਲ ਸੋਢੀ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ, ਉਹਨਾਂ ਨੇ ਸ਼ਾਮਲ ਹੋਣਾ ਸੀ ਪਰ ਕਿਸੇ ਵਜ੍ਹਾ ਕਰਕੇ ਉਹ ਸ਼ਾਮਲ ਨਹੀਂ ਹੋ ਸਕੇ ਕਿ ਪਰਿਵਾਰਕ ਮਜਬੂਰੀ ਉਹਨਾਂ ਦੀ। ਹਰਦੀਪ ਸਿੰਘ ਕਿੰਗਰਾ ਕਾਂਗਰਸ ਦੇ ਬੁਲਾਰੇ ਆ, ਜਗਤਾਰ ਸਿੰਘ ਸੰਘੇੜਾ ਆਮ ਆਦਮੀ ਪਾਰਟੀ ਬੁਲਾਰੇ, ਸਾਰੇ ਮਾਣਾਂ ਦਾ ਬਹੁਤ ਸਵਾਗਤ ਕਰਦੇ ਹਾਂ ਸਰ। ਸਭ ਤੋਂ ਪਹਿਲਾਂ ਸਵਾਲ ਅਰਜੀਵ ਦੁਆਰਾ ਹੀ ਤੁਹਾਨੂੰ ਕਰਨਾ ਚਾਹੁੰਦਾ, ਸਤਿ ਸ਼੍ਰੀ ਅਕਾਲ ਜੀ ਅਰਜੀਵ ਦੁਆਰਾ ਜੀ, ਸਭ ਤੋਂ ਪਹਿਲਾਂ ਸਵਾਲ ਤੁਹਾਨੂੰ ਕਰਨਾ ਚਾਹੁੰਦਾ। ਅਰਜੀਵ ਦੁਆਰਾ, ਇਉਂ ਲੱਗਦਾ ਪਿਆ ਕਿ ਸਰਕਾਰ ਟਾਈਮ ਟਪਾ ਕੇ ਇਹ ਦੇਖਣਾ ਚਾਹੁੰਦੀ ਹੈ ਕਿ ਤੁਹਾਡੇ ਵਿੱਚ ਠਰੰਮਾ ਕਿੰਨਾ ਹੈਗਾ, ਹੌਸਲਾ ਕਿੰਨਾ ਹੈਗਾ, ਕਿੰਨੀ ਦੇਰ ਤੁਸੀਂ ਟਿਕ ਸਕਦੇ ਹੋ, ਕਿਉਂਕਿ ਠੰਡ ਵੀ ਵੱਧਦੀ ਪਈ ਹੈ, ਮੀਂਹ ਵੀ ਪੈ ਰਿਹਾ, ਅਤੇ ਤੁਹਾਡੇ ਪ੍ਰੋਗਰਾਮ ਹੈ ਜਿਹੜੇ ਉਹ ਵੀ ਐਲਾਨੇ ਜਾ ਚੁੱਕੇ ਹੈ। ਸਭ ਦੇ ਵਿਚਾਲੇ ਕੇਂਦਰ ਸਰਕਾਰ ਇਹ ਦੇਖ ਰਹੀ ਹੈ ਕਿ ਤੁਸੀਂ ਕਿੰਨੀ ਦੇਰ ਰੁਕ ਸਕਦੇ ਹੋ, ਹੁਣ ਤੁਹਾਡਾ ਠਰੰਮਾ, ਤੁਹਾਡਾ ਜਜ਼ਬਾ, ਤੁਹਾਡਾ ਹੌਸਲਾ ਦੇਖਿਆ ਜਾ ਰਿਹਾ। ਅਰਜੀਵ ਦੁਆਰਾ, ਇਹ ਗੱਲ ਠੀਕ ਹੈ ਕਿ ਸਰਕਾਰ ਇਹ ਉਮੀਦ ਕਰਦੀ ਹੈ ਕਿ ਲੰਬਾ ਹੋਣ ਤੋਂ ਬਾਅਦ ਕਿਸਾਨ ਥੱਕ ਜਾਣਗੇ, ਘਬਰਾ ਜਾਣਗੇ, ਜਾਂ ਜਿਵੇਂ ਤੋੜਨ ਦੀ ਕੋਸ਼ਿਸ਼ ਕਰਦੀ ਹੈ ਤਰ੍ਹਾਂ ਤਰ੍ਹਾਂ ਦੀ ਅਫਵਾਹ ਫੈਲਾ ਕੇ ਗੱਲਾਂ ਕਰਕੇ, ਉਹ ਸਾਰੀ ਕੋਸ਼ਿਸ਼ਾਂ ਕਰ ਰਹੀ ਹੈ। ਪਰ ਜੇ ਸਰਕਾਰ ਨੂੰ ਥੋੜੀ ਜਿਹੀ ਸਮਝ ਆਉਂਦੀ ਹੋਵੇ ਤੇ ਉਹਨੂੰ ਪਤਾ ਹੋਣਾ ਚਾਹੀਦਾ, ਸਾਰੀ ਸਰਦੀ ਤੋਂ ਬਾਵਜੂਦ, ਬਰਸਾਤ ਤੋਂ ਬਾਵਜੂਦ, ਤੇ ਸਾਰੀ ਸਰਕਾਰੀ ਤੇ ਸਰਕਾਰ ਦੇ ਬੰਦਿਆਂ ਦੀ ਕੋਸ਼ਿਸ਼ ਤੋਂ ਬਾਵਜੂਦ ਹੀ ਕਿਸਾਨ ਇਕੱਠੇ ਹੋ ਕੇ ਹਲੇ ਵੀ ਡਟੇ ਹੋਏ ਨੇ, ਪੂਰੀ ਊਰਜਾ ਨਾਲ ਡਟੇ ਨੇ, ਕਮਜ਼ੋਰ ਕਿਤੇ ਨਹੀਂ ਪਏ। ਪਰ ਮੈਨੂੰ ਲੱਗਦਾ ਇਹ ਸਵਾਲ ਇਸ ਤੋਂ ਵੀ ਅੱਗੇ ਕਿਤੇ ਖੜਾ ਹੈ, ਸਿਰਫ ਸਰਕਾਰ ਦੇ ਸਮਝਾਉਣ ਦਾ ਸਵਾਲ ਨਹੀਂ, ਇਹ ਇਸ ਦੇਸ਼ ਦਾ ਕਾਰਪੋਰੇਟ, ਜਿਹੜੀ ਲਿਬਰਲ ਇਕਨੋਮੀ ਦੇ ਜਿਹਨਾਂ ਨੇ ਫੱਲਾ ਫੁੱਲਣਾ ਹੈ, ਉਹ ਅੰਬਾਨੀ ਅਡਾਨੀ ਵਰਗੇ ਜਿਹੜੇ ਕਾਰਪੋਰੇਟ ਨੇ, ਜਿਨ੍ਹਾਂ ਨੇ ਇਸ ਤਰ੍ਹਾਂ ਦੇ ਕਾਨੂੰਨਾਂ ਤੋਂ ਬਹੁਤ ਜ਼ਿਆਦਾ ਫਾਇਦਾ ਜਿਨ੍ਹਾਂ ਨੂੰ ਹੋਣਾ ਹੈ, ਅਸਲ 'ਚ ਉਹਨਾਂ ਦਾ ਦਬਾਅ ਸ਼ਾਇਦ ਇੰਨਾ ਜ਼ਿਆਦਾ ਹੈ, ਸਰਕਾਰ ਉਹਨਾਂ ਦੇ ਹੱਥ ਦੇ ਵਿੱਚ ਮਜਬੂਰੀ 'ਚ ਫਸੀ ਹੋਈ ਹੈ, ਜਿਹਦੇ ਕਰਕੇ ਸਰਕਾਰ ਦੀ ਜਿਹੜੀ ਬੇਸਿਕ ਨੀਅਤ ਹੈ ਕਾਰਪੋਰੇਟ ਦੇ ਹੱਕ 'ਚ ਜਾਣਾ, ਉਹਦੇ ਕਰਕੇ ਸ਼ਾਇਦ। ਅਰਜੀਵ ਦਾਰਾ, ਮੈਂ ਤੁਹਾਡੀ ਗੱਲ ਨੇ ਅੱਗੇ ਵਧਦਾ, ਤੁਸੀਂ ਕਿਹਾ ਕਿ ਕਾਰਪੋਰੇਟ ਦਾ ਪ੍ਰਭਾਵ ਹੈ, ਜਿਹੜਾ ਕਾਰਪੋਰੇਟ ਦਾ ਪ੍ਰੈਸ਼ਰ ਆ ਉਹ ਸਰਕਾਰ ਤੇ ਬਹੁਤ ਜ਼ਿਆਦਾ ਹੈਗਾ। ਅੱਜ ਜਿਹੜੀ ਸਫਾਈ ਦੇਣੀ ਪਈ ਹੈ ਏਅਰਲਾਈਨਸ ਨੂੰ, ਸਰ ਉਸ ਨੂੰ ਕਿਸ ਨਜ਼ਰੀਏ ਨਾਲ ਤੁਸੀਂ ਦੇਖਦੇ ਹੋ? ਹਾਈਕੋਰਟ ਦੇ ਵਿੱਚ ਵੀ ਜਾਇਆ ਗਿਆ, ਸਫਾਈ ਵੀ ਦਿੱਤੀ ਗਈ, ਉਹ ਕਹਿੰਦੇ ਸਾਡਾ ਇਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਖੇਤੀ ਕਾਨੂੰਨਾਂ ਨਾਲ। ਸਰ ਉਸ ਸਫਾਈ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ ਗੁਦਾਰ ਸਾਹਿਬ? ਸਰ ਬਿਲਕੁਲ, ਇੱਕ ਤੁਹਾਨੂੰ ਛੋਟਾ ਜਿਹਾ ਰਿਲਾਇੰਸ ਦਾ ਉਦਾਹਰਣ ਦੇ ਕੇ ਦੱਸਾਂਗਾ।
ਜਦੋਂ ਸਰਕਾਰ ਨੇ ਕੇਂਦਰ ਸਰਕਾਰ ਨੇ ਕਾਂਗਰਸ ਦੀ ਸਰਕਾਰ ਹੁੰਦੀ ਸੀ ਐਸਜੈਟ ਬਣਾਉਣ ਦਾ ਕਾਨੂੰਨ ਲੈ ਕੇ ਆਈ ਸੀ ਹਰਿਆਣਾ ਦੇ ਵਿੱਚ ਗੁੜਗਾਵਾਂ ਝੱਜਰ ਦੇ ਏਰੀਆ ਦੇ 25,000 ਏਕੜ ਦੇ ਵਿੱਚ ਐਸਜੈਟ ਬਣਾਉਣ ਦਾ ਰਿਲਾਇੰਸ ਨੇ ਘੋਸ਼ਣਾ ਕੀਤੀ ਕੋਲੈਬੋਰੇਸ਼ਨ ਵਿਦ ਹਰਿਆਣਾ ਗਵਰਨਮੈਂਟ ਸੀਗਾ ਬਾਅਦ ਦੇ ਵਿੱਚ ਉਹਦੇ ਵਿੱਚ ਕੁਝ ਹਿੱਸਾ ਘਟਾ ਕੇ ਹੋਇਆ 12,500 ਏਕੜ ਦੇ ਵਿੱਚ ਬਣੇਗਾ ਹਜ਼ਾਰਾਂ ਏਕੜ ਜ਼ਮੀਨ ਸਰਕਾਰ ਨੇ ਖਰੀਦ ਲਈ ਤੇ ਜਿਹੜਾ ਐਸਜੈਟ ਬਣਨਾ ਸੀ ਸਰਕਾਰ ਨੇ ਉਹ ਅਬੰਡਨ ਕਰਤਾ 1,000 ਏਕੜ ਜ਼ਮੀਨ ਖਰੀਦਣ ਤੋਂ ਬਾਅਦ ਫਿਰ ਜਿਹੜਾ ਲੈਂਡ ਸੀਲਿੰਗ ਐਕਟ ਸੀ ਉਹ ਅਮੈਂਡ ਕਰਵਾ ਲਿਆ 1-2 ਮਹੀਨੇ ਦੇ ਵਿੱਚ ਜਦੋਂ ਹਾਈਕੋਰਟ ਦੇ ਵਿੱਚ ਮਾਮਲਾ ਆਇਆ ਤੇ ਹਾਈਕੋਰਟ ਨੇ ਪੁੱਛਿਆ ਤੁਸੀਂ ਐਸਜੈਟ ਡਿਮੈਂਡਨ ਕਰਦਾ 1,000 ਏਕੜ ਜ਼ਮੀਨ ਤੁਹਾਡੇ ਕੋਲ ਹੈ ਤੇ ਤੁਸੀਂ ਕਿਵੇਂ ਰਹਿ ਸਕਦੇ ਹੋ ਤੁਹਾਡੇ ਕੋਲ ਜਿਹੜੇ ਸਵਾਲ ਆਇਆ ਤੇ ਸਰਕਾਰ ਨੇ 31 ਮਈ ਨੂੰ ਇਹ ਸਵਾਲ ਆਇਆ ਸੀ ਹਾਈਕੋਰਟ ਦੇ ਵਿੱਚ ਜੂਨ ਦੇ ਵਿੱਚ ਹਰਿਆਣਾ ਸਰਕਾਰ ਨੇ ਕੈਬਨਿਟ ਦੇ ਵਿੱਚ ਫੈਸਲਾ ਕੀਤਾ ਜੁਲਾਈ ਦੇ ਵਿੱਚ ਆਰਡੀਨੈਂਸ ਵੀ ਹੋ ਗਿਆ ਤੇ ਅਸੈਂਬਲੀ ਦੇ ਐਕਟ ਵੀ ਵਿਦ ਅਮੈਂਡਮੈਂਟ ਹੋ ਗਈ ਵਿਦ ਰੈਟਰੋਸਪੈਕਟਿਵ ਇਫੈਕਟ ਤੇ ਰਿਲਾਇੰਸ ਕੀ ਕਹਿੰਦਾ ਹੈ ਤੇ ਉਹ ਤੇ ਕਿੰਨਾ ਬਿਲੀਵ ਕੀਤਾ ਜਾ ਸਕਦਾ ਹੈ ਇਹ ਅੱਜ ਦੀ ਉਹਨਾਂ ਦੀ ਸਥਿਤੀ ਹੈ ਕੱਲ ਨੂੰ ਜਦੋਂ ਲੁੱਟ ਪੈਣੀ ਹੈ ਕਿਸਾਨਾਂ ਦੀ ਫਸਲ ਦੀ ਤੇ ਕਿਸਾਨੀ ਦੇ ਉੱਤੇ ਜਦੋਂ ਚੋਟ ਪੈਣੀ ਹੈ ਤੇ ਜ਼ਿਆਦਾ ਫਾਇਦਾ ਇਹਦੇ ਵਿੱਚ ਹੋਏਗਾ ਤੇ ਜੇ ਕੋਈ ਰਿਲਾਇੰਸ ਹੋਵੇ ਚਾਹੇ ਅੰਬਾਨੀ ਹੋਵੇ ਚਾਹੇ ਕੋਈ ਹੋਰ ਹੋਵੇ ਜਿਨ੍ਹਾਂ ਨੇ ਕਾਰਪੋਰੇਟ ਨੇ ਲੋਕਾਂ ਦੇ ਸੰਸਾਧਨਾਂ ਦੀ ਲੁੱਟ ਕਰਕੇ ਆਪਦੀ ਜੇਬ ਭਰਨੀ ਹੈ ਉਹਨਾਂ ਤੇ ਵਿਸ਼ਵਾਸ ਇਹ ਕਹਿਣ ਤੋਂ ਨਹੀਂ ਕੀਤਾ ਜਾ ਸਕਦਾ ਠੀਕ ਹੈ ਮੈਂ ਵਾਪਸ ਆਉਂਗਾ ਤੁਹਾਡੇ ਕੋਲੇ ਹਰਜੀਤ ਸਿੰਘ ਗਿੰਗਰਾ ਹਰਜੀਤ ਸਿੰਘ ਗਿੰਗਰਾ 7 ਦੌਰ ਵਿੱਚ ਜਿੰਨੀ ਗੱਲਬਾਤ ਬਣੀ ਆ ਤੁਹਾਡੇ ਸਾਹਮਣੇ ਆ ਮੇਰਾ ਸਵਾਲ ਇਹ ਹੈ ਸਰ ਜਿਹੜੀ ਇਹਨਾਂ ਨੇ 50% ਵਾਲਾ ਦਾਅਵਾ ਕੀਤਾ ਸੀ ਹਾਲਾਂਕਿ 50% ਵਾਲਾ ਦਾਅਵੇ ਦੇ ਵਿੱਚ ਕਿੰਨਾ ਦਮ ਹੈਗਾ ਤੁਹਾਨੂੰ ਸਭ ਨੂੰ ਪਤਾ ਹੈ ਉਹ 50% ਵਾਲੇ ਦਾਅਵੇ ਦੇ ਵਿੱਚ ਵਾਲੇ ਲਿਖਤੀ ਦਸਤਾਵੇਜ਼ ਕਿਹਦੇ ਕੋਲ ਹੈ ਸਰ ਤੁਹਾਨੂੰ ਕੋਈ ਮਿਲਿਆ ਹਰਜੀਤ ਸਿੰਘ ਇੰਗਰਾ ਜਿਹੜਾ ਲਿਖਤੀ ਦਸਤਾਵੇਜ਼ ਦਿੱਤਾ ਗਿਆ ਹੋਵੇ ਕਿ ਪਰਾਲੀ ਵਾਲਾ ਆਰਡੀਨੈਂਸ ਤੇ ਬਿਜਲੀ ਸੋਧ ਬਿੱਲ ਜਿਹੜਾ ਆਉਣਾ ਹੈ ਉਸ ਦੇ ਬਾਬਤ ਸਰਕਾਰ ਮੰਨ ਚੁੱਕੀ ਹੈ ਜਾਂ ਸਿਰਫ ਜ਼ੁਬਾਨੀ ਕਲਾਮੀ ਹੈ ਸਭ ਕੁਝ ਕਿ ਵੀ ਮੈਂ ਉਸ ਤੋਂ ਪਹਿਲਾਂ ਇੱਕ ਹੋਰ ਗੱਲ ਕਰਾਂਗਾ ਸਰਕਾਰ ਨੂੰ ਇਹ ਗੱਲ ਸਮਝਣ ਦੀ ਬਹੁਤ ਅਤਿਅੰਤ ਲੋੜ ਹੈ ਕਿ ਇਹ ਜਿਹੜਾ ਅੰਦੋਲਨ ਹੈ ਇਹ ਬਾਕੀ ਅੰਦੋਲਨਾਂ ਨਾਲੋਂ ਬੜਾ ਭਿੰਨ ਹੈ ਮੈਂ ਸਾਰੀਆਂ ਜਥੇਬੰਦੀਆਂ ਦੇ ਉਲਟ ਨਹੀਂ ਬੋਲਦਾ ਜੇ ਡਾਕਟਰ ਅੰਦੋਲਨ ਕਰਦੇ ਆ ਕਿ ਸਾਨੂੰ ਨਾਨ ਪ੍ਰੈਕਟਿਸਿੰਗ ਅਲਾਉਂਸ ਦਿੱਤਾ ਜਾਵੇ ਤਾਂ ਕੋਈ ਮੰਗਦੇ ਆ ਕੋਈ ਸਰਕਾਰ ਤੋਂ ਜੇ ਸਰਕਾਰੀ ਮੁਲਾਜ਼ਮ ਕਹਿੰਦੇ ਸਾਡੀ DA ਵਧਾਇਆ ਜਾਵੇ ਤਾਂ ਕੁਝ ਮੰਗਦੇ ਆ ਸਾਡੀਆਂ ਤਨਖਾਹਾਂ ਵਧਾਈਆਂ ਜਾਣ ਮੰਗਦੇ ਆ ਜੇ ਫੌਜੀ ਅੰਦੋਲਨ ਕਰਦੇ ਆ ਕਿ ਅਸੀਂ 1 rank 1 ਪੇ ਤਾਂ ਕੁਝ ਮੰਗਦੇ ਆ ਜੇ ਬੈਂਕ ਇੰਪਲੋਈ ਹੈ ਤਾਂ ਉਹ ਵੀ ਮੰਗਦੇ ਆ ਉਹ ਵਿਚਾਰੇ ਕਿਸਾਨ ਤਾਂ ਸਰਕਾਰ ਤੋਂ ਮੰਗ ਹੀ ਨਹੀਂ ਕੁਛ ਰਹੇ ਨਾ ਤਾਂ ਇਹ ਕਹਿੰਦੇ ਆ ਸਾਡਾ MSP ਵਧਾ ਦਿਓ ਨਾ ਇਹ ਕਹਿੰਦੇ ਆ ਡੀਜ਼ਲ ਦੇ ਭਾਅ ਘਟਾ ਦਿਓ ਨਾ ਇਹ ਕਹਿੰਦੇ ਆ ਬਿਜਲੀ ਦੇ ਭਾਅ ਘਟਾ ਦਿਓ ਨਾ ਇਹ ਕਹਿੰਦੇ ਆ ਸਾਡੀ ਗੋਭੀ ਤੁਸੀਂ 100 ਰੁਪਏ ਕਿਲੋ ਖਰੀਦੋ ਇਹ ਤਾਂ ਕੋਈ ਮੰਗ ਹੀ ਨਹੀਂ ਸਰਕਾਰ ਨੂੰ ਇਹਦੇ ਵਿੱਚ ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ ਪ੍ਰਧਾਨ ਮੰਤਰੀ ਤੋਂ ਤੇ ਉਹਨਾਂ ਦੀ ਕੈਬਨਿਟ ਤੋਂ ਖੇਤੀ ਮੰਤਰੀ ਤੋਂ ਤੇ ਸਾਰੇ ਜਿਹੜੇ ਸਰਕਾਰ ਦੇ ਸਲਾਹਕਾਰ ਹੈ ਇਹ ਐਕਟ ਰੱਖਣ ਦੇ ਵਿੱਚ ਸਰਕਾਰ ਦਾ ਕੀ ਫਾਇਦਾ ਹੈ ਕਿਉਂ ਸਰਕਾਰ ਇਹ ਐਕਟ ਰੱਖਣਾ ਚਾਹੁੰਦੀ ਹੈ ਇਹ ਬਹੁਤ ਮੇਨ ਮੁੱਦਾ ਸਾਰੇ ਸਵਾਲ ਇਹ ਸਾਰੇ ਸਵਾਲ ਬਹੁਤ ਵਾਰੀ ਪੁੱਛਿਆ ਜਾ ਚੁੱਕਿਆ ਸਰਕਾਰ ਦਾ ਕੀ ਫਾਇਦਾ ਹੈ ਹਰਦੀਪ ਸਿੰਘ ਗਿੰਗਰਾ ਇਹ ਸਵਾਲ ਬਹੁਤ ਵਾਰੀ ਪੁੱਛਿਆ ਜਾ ਚੁੱਕਿਆ ਬਹੁਤ ਵਾਰੀ ਪੁੱਛਿਆ ਜਾ ਚੁੱਕਿਆ ਇਸ ਸਵਾਲ ਦਾ ਕੋਈ ਠੋਸ ਜਵਾਬ ਨਹੀਂ ਮਿਲਿਆ ਹਜੇ ਤੱਕ ਹਰਦੀਪ ਸਿੰਘ ਗਿੰਗਰਾ ਤੁਸੀਂ ਜਿੰਨੀ ਵਾਰੀ ਮਰਜ਼ੀ ਪੁੱਛ ਲਓ ਸਾਰੇ ਸਵਾਲ ਇਹਦੇ ਚ ਇਸ ਤਰ੍ਹਾਂ ਹੈ ਦੇਖੋ ਇੱਥੇ ਸਿਰਫ ਇੱਕ ਈਗੋ ਦਾ ਸਵਾਲ ਬਣ ਗਿਆ ਸਰਕਾਰ ਨੇ ਇੱਕ ਗਲਤੀ ਕੀਤੀ ਹੈ ਉਸ ਗਲਤੀ ਨੂੰ ਸੁਧਾਰਨ ਵਾਸਤੇ ਇੱਕ ਈਗੋ ਸਰਕਾਰ ਦੀ ਸਾਹਮਣੇ ਆ ਰਹੀ ਹੈ ਮੈਂ ਇੱਥੇ ਇੱਕ ਹੋਰ ਛੋਟੀ ਜਿਹੀ ਗੱਲ ਕਰਾਂਗਾ ਨਹੀਂ ਹਰਦੀਪ ਸਿੰਘ ਇੱਕ ਮਿੰਟ ਪਲੀਜ਼ ਹਰਦੀਪ ਸਿੰਘ ਗਿੰਗਰਾ ਤੁਸੀਂ ਈਗੋ ਵਾਲਾ ਸਵਾਲ ਲੈ ਕੇ ਆਓ ਸਰ ਈਗੋ ਦਾ ਸਵਾਲ ਠੀਕ ਹੈ ਤੁਹਾਡੀ ਗੱਲ ਵਿੱਚ ਦਮ ਹੋ ਸਕਦਾ ਹੈ ਪਰ ਸਰ ਈਗੋ ਦੇ ਸਵਾਲ ਦੇ ਵਿੱਚ ਜਿਹੜਾ ਕਾਰਪੋਰੇਟ ਦੇ ਪ੍ਰੈਸ਼ਰ ਵਾਲਾ ਸਵਾਲ ਹੈ ਸਰ ਰਾਜੀਵ ਗੁਜ਼ਾਰਾ ਜਿਹੜਾ ਖੜਾ ਕਰ ਰਿਹਾ ਉਹਦੇ ਵਿੱਚ ਮੈਨੂੰ ਲੱਗਦਾ ਈਗੋ ਛੋਟੀ ਪੈ ਰਹੀ ਹੈ ਕਾਰਪੋਰੇਟ ਦਾ ਪ੍ਰੈਸ਼ਰ ਵੱਡਾ ਪੈ ਰਿਹਾ ਨਹੀਂ ਕਾਰਪੋਰੇਟ ਦਾ ਪ੍ਰੈਸ਼ਰ ਇਸ ਤਰ੍ਹਾਂ ਹੁੰਦਾ ਜਦੋਂ ਤੁਸੀਂ ਪਹਿਲਾਂ ਕਾਰਪੋਰੇਟਸ ਤੋਂ ਇਲੈਕਸ਼ਨ ਤੋਂ ਪਹਿਲਾਂ ਦੁਨੀਆ ਦੇ ਵਿੱਚ ਹੁੰਦਾ ਹੈਗਾ ਇਕੱਲਾ ਭਾਰਤ 'ਚ ਨਹੀਂ ਹੁੰਦਾ ਇਲੈਕਸ਼ਨ ਤੋਂ ਪਹਿਲਾਂ ਇੱਥੇ ਫੰਡਿੰਗ ਜਿਹੜੀ ਹੈ ਉਹ ਅੰਡਰ ਹੈਂਡ ਹੁੰਦੀ ਹੈ ਬਾਕੀਆਂ ਸਿੱਧੀ ਫੰਡਿੰਗ ਹੁੰਦੀ ਹੈ ਜਦੋਂ ਵੀ ਕੋਈ ਕਾਰਪੋਰੇਟ ਕਿਸੇ ਗਵਰਨਮੈਂਟ ਦੇ ਵਿੱਚ ਇਲੈਕਸ਼ਨ ਨੂੰ ਫੰਡ ਕਰਦਾ ਚਾਹੇ ਉਹ ਅਮਰੀਕਾ ਦੇ ਰਾਸ਼ਟਰਪਤੀ ਦਾ ਹੋਵੇ ਤਾਂ ਉਹਦਾ ਇੱਕ ਸਮਝੌਤਾ ਹੁੰਦਾ ਕਿ ਤੁਸੀਂ ਸਾਡੇ ਵਾਸਤੇ ਆਹ ਵੀ ਕਰੋਗੇ ਜੇ ਉਸ ਸਮਝੌਤੇ ਦਾ ਇਹ ਹਿੱਸਾ ਹੈ ਇਹ ਕਾਨੂੰਨ ਤੇ ਫਿਰ ਤਾਂ ਰੱਬ ਰਾਖਾ ਹੈ ਇਸ ਮੁਲਕ ਦਾ ਤੇ ਰੱਬ ਰਾਖਾ ਹੈ ਕਿਸਾਨ ਦਾ ਨਾ ਤਾਂ ਇਹ ਸਰਕਾਰ ਤੋਂ ਰੱਖੇ ਜਾਣੇ ਆ ਤੇ ਨਾ ਕੁਝ ਆਵਾਮ ਤੋਂ ਰੱਖੇ ਜਾਣੇ ਆ ਚਲੋ ਫਿਰ ਤਾਂ ਰੱਬ ਰਾਖਾ ਮੇਰੇ ਮੁਲਕ ਦਾ ਕਿੱਥੇ ਜਾਊ ਮੇਰਾ ਮੁਲਕ ਠੀਕ ਸਮਝੌਤਾ ਮੈਂ ਵਾਪਸ ਆਉਂਗਾ ਸਰ ਹੋਇਆ ਜਦੋਂ ਇਲੈਕਸ਼ਨ ਹੋ ਰਹੀਆਂ ਸੀ ਹਰਜੀਤ ਸਿੰਘ ਗਿੰਗਰਾ ਵਾਪਸ ਆਉਂਗਾ ਤੁਹਾਡੇ ਕੋਲ ਜਗਤਾਰ ਸਿੰਘ ਗਿੜਾ ਸਰ ਪਹਿਲਾਂ ਟੇਕ ਕੀ ਆਮ ਆਦਮੀ ਪਾਰਟੀ ਦਾ 7ਵੇਂ ਦੌਰ ਦੀ ਬੈਠਕ ਹੈ ਜਿਹੜੀ ਬੇਸਿੱਟਰ ਰਹੀ ਹੈ ਦੇਖੋ 8ਵੇਂ ਦੌਰ ਦੀ ਮੀਟਿੰਗ 8 ਤਰੀਕ ਨੂੰ ਰੱਖਤੀ ਆ ਡਿਲੇ ਕਰਨਾ ਚਾਹੁੰਦੇ ਆ ਸਾਜ਼ਿਸ਼ਾਂ ਕਰ ਰਹੇ ਆ ਜੋ ਗਦਾਰਾ ਜੀ ਨੇ ਕਿਹਾ ਆ ਕਿ MNCs ਵਾਲੀ ਮਜਬੂਰੀ ਆ ਈਗੋ ਦੀ ਕੋਈ ਲੜਾਈ ਨਹੀਂ ਹੈ ਪੋਲੀਟੀਸ਼ੀਅਨ ਦੀ ਕੋਈ ਈਗੋ ਨਹੀਂ ਹੁੰਦੀ ਉਹ ਤਾਂ ਪਬਲਿਕ 'ਚ ਥੋੜ੍ਹਾ ਜਿਹਾ ਇਸ ਤਰ੍ਹਾਂ ਲੱਗ ਰਿਹਾ ਆ ਅਦਰਵਾਈਜ਼ ਸਾਰੀ ਇਕਨੋਮਿਕ ਰਿਲੇਸ਼ਨਸ ਦੀ ਗੱਲ ਹੈ ਸਾਰਾ ਦੇਸ਼ ਵੇਚਣ ਦੀ ਗੱਲ ਹੈ ਉਹਨਾਂ ਰਾਹੀਂ ਇਲੈਕਸ਼ਨ ਲੜੀ ਆ ਕਿੰਗਰਾ ਜੀ ਕਹਿ ਰਹੇ ਨੇ ਜੇ ਕੀ ਹੈ ਤਾਂ ਸਾਹਮਣੇ ਦਿਸਦਾ ਆ ਕਿ ਕਾਰਪੋਰੇਟ ਅਦਾਰਿਆਂ 'ਚੋਂ ਵੀ ਕੁਛ ਕਾਰਪੋਰੇਟ ਅਦਾਰੇ ਚੁਣੇ ਗਏ ਆ ਜਿਹੜੇ ਕਾਨੂੰਨ ਵੀ ਬਣਾ ਕਿਉਂਕਿ ਸਰਕਾਰ ਨੇ ਹੀ ਅੱਗੇ ਹਵਾਲੇ ਕਰਨਾ ਨਾ ਸਾਰਾ ਕੁਛ ਕੋਈ ਏਦਾਂ ਨਹੀਂ ਹੈ ਵੀ ਇਨ ਜਨਰਲ ਜੋ ਓਪਨ ਹੋ ਰਿਹਾ ਵਰਲਡ ਓਪਨ ਹੋਇਆ ਹੈ 1994 ਤੋਂ ਸ਼ੁਰੂ ਹੋਈ ਹੈ ਗੱਲਬਾਤ
ਉਹਦੇ ਅਨੁਸਾਰ ਹੀ ਨਹੀਂ ਕਾਨੂੰਨ ਬਣਾਏ, ਉਹਦੇ ਅਨੁਸਾਰ ਵੀ ਬਣਾਏ ਆ। ਮਤਲਬ ਇਹ ਖਾਸ ਧਿਆਨ ਵਿੱਚ ਰੱਖ ਕੇ ਕਿਹੜੀਆਂ ਕਿਹੜੀਆਂ ਕਾਰਪੋਰੇਸ਼ਨ ਜਿਹੜੀਆਂ ਹੈਗੀਆਂ ਇਹਨੂੰ ਟੇਕ ਓਵਰ ਕਰਨਗੀਆਂ। ਸੋ ਉਹਨਾਂ ਦੇ ਵਿੱਚ ਤਾਂ ਇਸੇ ਹੀ ਕਰਕੇ ਇੱਕ ਵੀ ਚਾਂਸ ਨਹੀਂ ਹੈ ਵੀ ਜਿਹ ਚ ਖੇਤੀ ਬਚ ਜਾਵੇ। ਅਸਲ ਵਿੱਚ ਤਾਂ ਕਿਸਾਨ ਜਿਹੜੇ ਸਰਕਾਰ ਦਾ ਰੋਲ ਅਦਾ ਕਰ ਰਹੇ ਆ, ਕਿਸਾਨ ਸਰਕਾਰ ਨੂੰ ਵਾਰਨ ਕਰ ਰਹੇ ਆ ਕਿ ਇਹਦੇ ਨਾਲ ਖੇਤੀ ਫੇਲ ਹੋ ਜਾਏਗੀ। ਜੇ ਇੰਡੀਆ ਵਰਗੇ ਮੁਲਕ ਦੀ ਖੇਤੀ ਫੇਲ ਹੁੰਦੀ ਆ ਤਾਂ ਬਾਹਰਲੇ ਮੁਲਕਾਂ ਤੇ ਨਿਰਭਰ ਹੋ ਜਾਏਗਾ, ਗੁਲਾਮ ਹੋਏਗਾ ਇੱਕ ਤਰ੍ਹਾਂ ਨਾਲ। ਠੀਕ ਹੈ, ਜਿਹੜਾ ਆਪਣੇ ਮੂਡ ਚ ਵੀ ਆਦਮ ਨਿਰਭਰ ਨਹੀਂ ਹੈ, ਉਹ ਕੰਟਰੀ ਆਜ਼ਾਦ ਨਹੀਂ ਰਹਿ ਸਕਦਾ। ਠੀਕ ਹੈ, ਮੈਂ ਸੰਗੜਾ ਸਾਹਿਬ ਵਾਪਸ ਆਊਂਗਾ। ਤੁਸੀਂ ਇਹ ਮੰਨਦੇ ਪਏ ਹੋ ਕਿ ਕਾਰਪੋਰੇਟ ਦਾ ਪ੍ਰੈਸ਼ਰ ਹੈਗਾ, ਇੱਕ ਛੋਟਾ ਬ੍ਰੇਕ ਲਊਂਗਾ, ਬ੍ਰੇਕ ਤੋਂ ਵਾਪਸ ਆਵਾਂਗੇ। ਬ੍ਰੇਕ ਤੋਂ ਵਾਪਸ ਆ ਕੇ ਬਹੁਤ ਅਹਿਮ ਸਵਾਲ ਆ ਜਿਹੜਾ ਸ਼ਾਇਦ ਅਸੀਂ ਪੁੱਛਣ ਤੋਂ ਗੁਰੇਜ਼ ਕਰਦੇ ਪਏ ਹਾਂ। ਇਹ ਬੈਠਕਾਂ ਜਿਹੜੀਆਂ ਹੋ ਰਹੀਆਂ, ਕੀ ਇਸ ਬੈਠਕ ਦੇ ਮਿੰਟਸ ਆ ਜਿਹੜੇ ਜਨਤਕ ਕੀਤੇ ਜਾਣੇ ਚਾਹੀਦੇ ਆ, ਕੀ ਇਸ ਬੈਠਕ ਨੂੰ ਲਾਈਵ ਕੀਤਾ ਜਾਣਾ ਚਾਹੀਦਾ? ਇਹ ਸਵਾਲ ਬੜਾ ਮਹੱਤਵਪੂਰਨ, ਬ੍ਰੇਕ ਤੋਂ ਵਾਪਸ ਆ ਕੇ ਪੁੱਛੂੰਗਾ ਜ਼ਰੂਰ। ਸੱਤ ਦੌਰ ਦੀਆਂ ਬੈਠਕਾਂ ਤੋਂ ਬਾਅਦ ਕਿਸਾਨਾਂ ਅਤੇ ਸਰਕਾਰ ਵਿੱਚ ਯਕੀਨ ਕਿੱਥੇ ਖੜਾ? ਗੁਰਦਾਰਾ ਸਾਹਿਬ, ਇੱਕ ਬੜਾ ਮਹੱਤਵਪੂਰਨ ਸਵਾਲ ਹੈ, ਇਹ ਸੱਤ ਮੀਟਿੰਗਾਂ ਦੇ ਵਿੱਚ ਜਿਹੜੇ ਮਿੰਟਸ ਹੈ ਸਰ, ਉਹਦੀ ਕਾਰਗੁਜ਼ਾਰੀ ਪਤਾ ਲੱਗਣੀ ਚਾਹੀਦੀ ਹੈ। ਮਿੰਟਸ ਜਿਹੜੀ ਪ੍ਰੋਸੀਡਿੰਗ ਹੈ ਉਹ ਬਾਹਰ ਹੋਣੀ ਚਾਹੀਦੀ ਹੈ, ਕਿਸਾਨ ਜਥੇਬੰਦੀਆਂ ਉੱਥੇ ਕੀ ਕਹਿੰਦੀਆਂ ਅਤੇ ਸਰਕਾਰ ਕੀ ਕਹਿੰਦੀ ਹੈ, ਸਰ ਇਹ ਪਤਾ ਲੱਗਣਾ ਚਾਹੀਦਾ। ਦੂਜਾ ਸਵਾਲ ਇਹ ਹੈ ਸਰ, ਇਹ ਮੀਟਿੰਗ ਲਾਈਵ ਕਿਉਂ ਨਹੀਂ ਹੋ ਸਕਦੀ? ਗੁਰਦਾਰਾ ਸਾਹਿਬ, ਦੋ ਸਵਾਲ ਹੈ ਤੁਹਾਨੂੰ। ਸਰ ਬਿਲਕੁਲ, ਮਿੰਟਸ ਵੀ ਜਾਰੀ ਹੋਣੀ ਚਾਹੀਦੀ ਨੇ, ਲਾਈਵ ਵੀ ਹੋ ਸਕਦੀ ਹੈ, ਪਰੰਤੂ ਸਵਾਲ ਕੀ ਇਹ ਹੈ, ਇਸ ਕਰਕੇ ਸ਼ਾਇਦ ਨਹੀਂ ਹੈਗਾ ਕਿ ਮੀਟਿੰਗ ਦੇ ਜੋ ਹੋ ਰਿਹਾ ਹਾਲੇ ਤੱਕ ਤਾਂ ਇਸ ਗੱਲ ਆਈ ਨੀ ਕਿ ਕਿਸਾਨਾਂ ਨੇ ਇੱਕ ਗੱਲ ਕਹੀ ਹੋਵੇ ਤੇ ਸਰਕਾਰ ਨੇ ਦੂਜੀ ਗੱਲ ਕਹੀ ਹੋਈ। ਕਿਸਾਨ ਆ ਕੇ ਬਾਹਰ ਸਾਰੀ ਗੱਲਾਂ ਦੱਸਦੇ ਨੇ, ਸਾਰੇ ਹੀ ਜਿਹੜੀ ਮੀਟਿੰਗ 'ਚ ਜਾਂਦੇ ਨੇ ਸਾਰਾ ਕੁਛ ਹੀ ਬਾਹਰ ਆ ਕੇ ਦੱਸਦੇ ਨੇ ਜੋ ਕੁਛ ਹੋਇਆ ਹੁੰਦਾ। ਸਰਕਾਰ ਨੇ ਕਦੇ ਉਹਨੂੰ ਕਿਸੇ ਪੁਆਇੰਟ ਤੇ ਵੀ ਇਹ ਨਹੀਂ ਕਿਹਾ ਕਿ ਫਲਾਣੇ ਆਗੂ ਨੇ ਆਹ ਗੱਲ ਕਹਿਤੀ ਤੇ ਨਹੀਂ ਹੋਇਆ। ਇਹ ਜਿਹੜੀ ਜਾਰੀ ਹੋਣ ਵਾਲੀ ਤੇ ਇਹਦਾ ਲਾਈਵ ਪ੍ਰਸਾਰਣ ਹੋਣ ਦੇ ਪਿੱਛੇ ਲੌਜੀਕਲੀ ਪ੍ਰਿੰਸੀਪਲੀ ਠੀਕ ਗੱਲ ਹੋਣਾ ਚਾਹੀਦਾ ਹੈ, ਪਰ ਇੱਕ ਸਵਾਲ ਇਹਦੇ ਨਾਲ ਇਹ ਵੀ ਉੱਠਦਾ ਹੈ ਕਿ ਕੀ ਕਿਤੇ ਕੋਈ ਇਹੋ ਜਿਹੀ ਗੱਲ ਹੋ ਰਹੀ ਹੈ ਜਿਹੜੀ ਪਰਦੇ ਦੇ ਪਿੱਛੇ ਹੈ ਤੇ ਸਾਹਮਣੇ ਨਹੀਂ ਆ ਰਹੀ, ਇਸ ਕਰਕੇ ਮੰਗ ਹੋ ਰਹੀ ਹੈ। ਉਹ ਮੈਨੂੰ ਲੱਗਦਾ ਕਿ ਇਹ ਜੀ ਕੋਈ ਗੱਲ ਨਹੀਂ ਕਿ ਸਾਹਮਣੇ ਨਹੀਂ ਆ ਰਹੀ। ਸਰ ਗੁਰਦਾਰਾ ਸਾਹਿਬ, ਇਸ ਤਰ੍ਹਾਂ ਸਵਾਲ ਨਹੀਂ, ਗੁਰਦਾਰਾ ਸਾਹਿਬ ਮੈਂ ਤੁਹਾਨੂੰ ਦੱਸ ਦਿੰਦਾ ਕਿਉਂ ਪਬਲਿਕ ਡੋਮੇਨ ਦੇ ਵਿੱਚ ਸਵਾਲ ਪੁੱਛਿਆ ਜਾ ਰਿਹਾ। ਉਹ ਇਸ ਤਰ੍ਹਾਂ ਪੁੱਛਿਆ ਜਾ ਰਿਹਾ ਕਿ ਜਦੋਂ ਮੰਤਰੀ ਸਾਹਿਬ 2 ਘੰਟੇ ਦੇ ਲਈ ਉੱਥੋਂ ਉੱਠ ਜਾਣ, ਜਦੋਂ ਮੰਤਰੀ ਸਾਹਿਬ ਇਹ ਕਹਿਣ ਕਿ ਹੁਣ ਜਿਹੜਾ ਤੁਸੀਂ ਸਾਡੀ ਗੱਲਬਾਤ ਨਹੀਂ ਸੁਣਦੇ ਪਏ, ਤੁਸੀਂ ਗੱਲਬਾਤ ਸਮਝ ਲਓ, ਉਹ 2 ਘੰਟੇ ਕੀ ਕਰਦੇ ਪਏ ਆ? ਮੀਟਿੰਗ ਦਾ ਟਾਈਮ 2 ਵਜੇ ਦਾ ਹੁੰਦਾ, 2:36 'ਤੇ ਬੈਠਕ ਸ਼ੁਰੂ ਹੁੰਦੀ ਆ, ਲੋਕ ਇਹ ਜਾਣਨਾ ਚਾਹੁੰਦੇ ਆ ਮੀਟਿੰਗ ਵਿੱਚ ਦੇਰੀ ਕਿਉਂ ਹੁੰਦੀ ਆ, ਮੀਟਿੰਗ ਵਿੱਚ ਗੈਪ ਕਿਉਂ ਹੁੰਦਾ, ਲੰਗਰ ਵਾਲੇ ਮਾਮਲੇ 'ਤੇ ਬਹਿਸ ਕੀ ਹੁੰਦੀ ਆ, ਲੰਗਰ ਦੇ ਵਿਚਾਲੇ ਕਿਹੜੀ ਬੈਠਕ ਹੋ ਜਾਂਦੀ ਆ? ਸਰ ਇਸ ਕਰਕੇ ਲੋਕ ਜਾਣਨਾ ਚਾਹੁੰਦੇ ਆ। ਗੁਰਦਾਰਾ ਸਾਹਿਬ, ਸਰ ਮੈਂ ਤੁਹਾਨੂੰ ਕਿਹਾ ਕਿ ਸਿਧਾਂਤਨ ਟ੍ਰਾਂਸਪੇਰੈਂਸੀ ਹੋਣੀ ਚਾਹੀਦੀ ਹੈ, ਸਾਰਵਜਨਿਕ ਹੋਣਾ ਚਾਹੀਦਾ, ਪਰੰਤੂ ਫਿਰ ਜਿਹੜਾ ਤੁਸੀਂ ਸਵਾਲ ਕੀਤਾ ਕਿ ਲੰਚ ਦੇ ਵਿਚਾਲੇ ਕੀ ਹੋ ਜਾਂਦਾ ਹੈ, ਕਿੰਗਰਾ ਜੀ ਤੇ ਸੰਗੜਾ ਸਾਹਿਬ ਦੋਵੇਂ ਬੈਠੇ ਨੇ, ਪ੍ਰਸ਼ਾਸਨਿਕ ਅਨੁਭਵ ਇਹਨਾਂ ਨੂੰ ਹੈ ਕਿ ਕੀ ਤੁਸੀਂ ਇਹ ਕਹਿ ਰਹੇ ਹੋ ਕਿ ਜਦੋਂ ਲੰਚ ਹੋ ਰਿਹਾ ਹੋਏਗਾ ਉਦੋਂ ਮੰਤਰੀ ਜਾ ਕੇ ਕਿਸੇ ਨਾਲ ਕੀ ਗੱਲ ਕਰ ਰਹੇ ਹੋ, ਉਹ ਵੀ ਸਾਰਵਜਨਿਕ ਹੋ ਜਾਣੀ ਚਾਹੀਦੀ? ਨਹੀਂ ਸਰ, ਨਹੀਂ ਨਹੀਂ ਨਹੀਂ, ਗੁਰਦਾਰਾ ਸਾਹਿਬ ਇਹ ਸਵਾਲ ਨਹੀਂ ਹੈ। ਗੁਰਦਾਰਾ ਸਾਹਿਬ ਸਵਾਲ ਇਹ ਹੈ, ਲੰਚ ਦੀ ਬ੍ਰੇਕ ਹੈ ਜਿਹੜੀ ਤੈਅ ਕਿਉਂ ਨਹੀਂ ਹੁੰਦੀ? ਉਹ ਉਦੋਂ ਹੀ ਹੁੰਦੀ ਆ ਜਦੋਂ ਬਹਿਸ ਹੋ ਜਾਂਦੀ ਹੈ, ਉਸ ਤੋਂ ਬਾਅਦ ਲੰਚ ਰੱਖ ਲਿਆ ਜਾਂਦਾ। ਸਵਾਲ ਇਹ ਹੈ। ਬਿਲਕੁਲ, ਮੈਂ ਤੁਹਾਨੂੰ ਸਿਧਾਂਤਨ ਇਹ ਕਹਿ ਰਿਹਾ ਕਿ ਟ੍ਰਾਂਸਪੇਰੈਂਸੀ ਹੋਣੀ ਚਾਹੀਦੀ ਹੈ। ਪਾਰਲੀਮੈਂਟ ਦਾ ਸੈਸ਼ਨ ਨਹੀਂ ਹੁੰਦਾ ਸੀ, ਹੁਣ ਹੁੰਦਾ ਹੈ, ਇਸੇ ਤਰ੍ਹਾਂ ਇਹ ਚਰਚਾ ਵੀ ਕਿਉਂ ਨਹੀਂ ਹੋ ਸਕਦੀ? ਇਹ ਸਵਾਲ ਠੀਕ ਹੈ ਤੁਹਾਡਾ, ਪਰ ਜਿੱਥੇ ਜਾ ਕੇ ਤੁਸੀਂ ਸਵਾਲ ਖੜਾ ਕਰ ਰਹੇ ਹੋ, ਜਿਹੜੀ ਗਲਤ ਸਵਾਲ ਖੜਾ ਕਰ ਰਹੇ ਹੋ, ਮੈਨੂੰ ਲੱਗਦਾ ਉਹ ਕਾਰਨ ਉਹ ਨਹੀਂਗਾ। ਕਾਰਨ ਸਿਧਾਂਤ ਤੇ ਟ੍ਰਾਂਸਪੇਰੈਂਸੀ, ਲੋਕਾਂ ਦੇ ਸਾਹਮਣੇ ਹਰ ਗੱਲਬਾਤ ਹੋਏ ਉਹ ਸਿਧਾਂਤ ਤੇ ਉਹਨੂੰ ਲਾਗੂ ਕੀਤਾ ਜਾਵੇ, ਉਹ ਇੱਕ ਵੱਡਾ ਕਾਰਨ ਮੈਨੂੰ ਇਹਦੀ ਚਲਾ ਜੀ। ਗੁਰਦਾਰਾ ਸਾਹਿਬ, ਮੇਰਾ ਇੱਕ ਸਵਾਲ ਇਸ ਕਰਕੇ ਸੀਗਾ, ਕਹਿੰਦੇ ਵੀ ਕਿਸਾਨ ਜਥੇਬੰਦੀਆਂ ਦੇ ਉੱਤੇ ਵੀ ਬਹੁਤ ਜ਼ਿਆਦਾ ਪ੍ਰੈਸ਼ਰ ਹੈ, 40 ਆਗੂ ਅੰਦਰ ਜਾਂਦੇ ਆ, 450 ਜਥੇਬੰਦੀਆਂ ਦਾ ਪੂਰਾ ਉਹਨਾਂ 'ਤੇ ਦਬਾਅ ਹੈਗਾ, ਉਹਨਾਂ ਲੋਕਾਂ ਦਾ ਦਬਾਅ ਜਿਹੜੇ ਉੱਥੇ ਬੈਠੇ ਆ, ਉਹ ਕਹਿੰਦੇ ਜਿਹੜਾ BJP ਦੇ ਆਗੂਆਂ ਵੱਲੋਂ ਇੱਕ ਪ੍ਰਚਾਰ ਕੀਤਾ ਜਾ ਰਿਹਾ, ਉਹ ਪ੍ਰਚਾਰ ਇਹ ਕੀਤਾ ਜਾ ਰਿਹਾ ਕਿ ਕਿਸਾਨ ਹੁਣ ਕਹਿੰਦੇ ਆ ਫਟਾਫਟ ਅੰਦੋਲਨ ਖਤਮ ਕਰਾਓ ਅਤੇ ਜਿਵੇਂ ਮਰਜ਼ੀ ਕਰੋ, ਉਹਦਾ ਉਹ ਜਿਹੜਾ ਗੱਲਬਾਤ ਦਾ ਪ੍ਰਭਾਵ ਇਸ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਕਿ ਸੋਧਾਂ ਅਤੇ ਕਿਸਾਨ ਜਥੇਬੰਦੀਆਂ ਮੰਨੀਆਂ ਹੋਈਆਂ, ਪ੍ਰੈਸ਼ਰ ਉਹਨਾਂ ਦਾ ਬਾਹਰਲੇ ਲੋਕ ਜਿਹੜੇ ਬੈਠੇ ਆ ਉਹਨਾਂ ਦਾ ਬਹੁਤ ਜ਼ਿਆਦਾ ਪ੍ਰੈਸ਼ਰ ਹੈ, ਇਸ ਕਰਕੇ ਸਵਾਲ ਕਰ ਰਿਹਾ ਗੁਰਦਾਰਾ ਸਾਹਿਬ ਮੈਂ ਤੁਹਾਨੂੰ। ਸਰ ਮੈਨੂੰ ਲੱਗਦਾ ਬਿਲਕੁਲ ਕਲਪਨਾ ਤੋਂ ਵੀ ਪਰੇ ਦੀ ਗੱਲ ਹੈ ਜਿਹਨੂੰ ਕਾਲਪਨਿਕ ਬਣਾ ਕੇ ਪੇਸ਼ ਕੀਤਾ ਜਾ ਰਿਹਾ। ਇਹ ਜੀ ਕੋਈ ਗੱਲ ਨਹੀਂ, ਕਿਸਾਨ ਜਥੇਬੰਦੀਆਂ ਨੇ ਹਰ ਮੀਟਿੰਗ ਦੇ ਵਿੱਚ, ਮੀਟਿੰਗ ਤੋਂ ਬਾਅਦ ਹਰੇਕ ਥਾਂ ਤੇ ਹਰੇਕ ਨੇ ਕਿਹਾ ਕਿ 3 ਕਾਨੂੰਨ ਵਾਪਸ ਕਰਾਉਣ ਤੋਂ ਘੱਟ ਕੋਈ ਗੱਲ ਨਹੀਂ ਗੀ। ਅਚਾਨਕ ਜੇ ਕੋਈ ਬੰਦਾ, ਮੈਂ ਤੁਹਾਨੂੰ ਅੱਗੇ ਗੱਲ ਕੀਤੀ ਸੀ, ਸਰਕਾਰ ਨੇ ਕਈ ਕੋਸ਼ਿਸ਼ਾਂ ਕੀਤੀਆਂ ਸੀ ਅੰਦੋਲਨ ਨੂੰ ਤੋੜਨ ਦੀ, ਥਕਾਉਣ ਦੀ ਸਾਰੀਆਂ, ਇਹ ਵੀ ਗੱਲ ਉਸੇ ਤਰ੍ਹਾਂ ਦੀ ਹੈ। ਕੋਈ ਵੀ ਇਹ ਪ੍ਰਚਾਰ ਕਰ ਰਿਹਾ ਉਹ ਜਥੇਬੰਦੀਆਂ ਦੇ ਪ੍ਰਤੀ ਇਹ ਵਿਸ਼ਵਾਸ ਪੈਦਾ ਕਰਨ ਦੀ ਗੱਲ, ਕਿਸਾਨ ਅੰਦੋਲਨ ਨੂੰ ਤੋੜਨ ਦੀ ਗੱਲ, ਸਰਕਾਰ ਦੇ ਜਿਹੜੇ ਇਰਾਦੇ ਨੇ ਉਹਨਾਂ ਨੂੰ ਪੂਰਨ ਦੀ ਗੱਲ ਹੀ ਹੋ ਸਕਦੀ ਹੈ, ਇਹਦੇ 'ਚ ਕੋਈ ਸੱਚ ਨਹੀਂ ਗਾ। ਚਲੋ ਠੀਕ ਹੈ, ਜਗਤਾਰ ਸਿੰਘ ਜਿਹੜਾ, ਸਰ ਤੁਹਾਨੂੰ ਇਉਂ ਲੱਗਦਾ ਵੀ ਕਿਸਾਨ ਜਥੇਬੰਦੀਆਂ ਅਤੇ ਸਰਕਾਰ ਦੇ ਵਿਚਾਲੇ
पर जिथे किसान खड़े है उथे वह बड़ी जस्टिफिकेशन दिती है उन्होंने उन्होंने जवाबलैस आंसरलैस किया होंत्री साहबान जिस तरह पहली एक मीटिंग तो पहली मीटिंग मन गए थे सारा कुछ भी आह भी गलत है आह भी गलत है और भारतीय जनता पार्टी के पंजाब के बुलारे कह बार बार कहते रहे कि बिचों कानून दिया मदा सारिया चेंज करा लो बहरों पीपा हुई रहन दो सो अखलाकी तौर पर सिद्धांतक तौर पर सरकार हार चुकी है पर वह फिर भी किसानों धोखा तो करना चाहती है कि बाहर उही रख लो क्योंकि अमेंडमेंट्स नूं करके मुड़के फिर उन लागू करना तुसीं कह रहे हो अखलाकी तौर पर सरकार हार चुकी है सिद्धांतक तौर पर सरकार हार चुकी है मेरा सवाल है जगतार संघेड़ा जे वह कह रहे हैं खाली पीपे पे रहन दो खाली डब्बे पे रहन दो कि वह फैडरल स्ट्रक्चर वाला सवाल है जिहड़ा किसान जथेबंदियों वल्लों चुकिया जा रहा है आम आदमी पार्टी उन्होंने इतफाक रखती है सर बिल्कुल मैं उस गल से आने लगा जो मेरी गल के दोबारा सवाल किया कि बेसिकली उस गल नहीं ना रीड्रेस कर रहा है बार बार असं चैनल तो असं भी कहने आम आदमी पार्टी अपना स्टैंड दसदी है और किसान भी यही कहें कि थोड़ा अधिकार ही है नहीं और मंत्री तोमर साहब मान चुके हैं कि हाँ असं ट्रेड के कमर्स तहत जाके बनाए हैं कानून ये ऑफकोर्स जो ट्रेड एंड कमर्स लिए बनाए व्यापारियों वास्ते बनाए हैं कौमी कन्वीनर दिल्ली के मुख्यमंत्री अरविंद केजरीवाल स्टैंड लै पा रही है कि फैडरल स्ट्रक्चर का मामला है ये देखो बिल्कुल फेडरल स्ट्रक्चर का मामला है ना सर वो स्टैंड लै पा रहे हैं मैं सर ये बहस नहीं है इस वेले मैं सर अरविंद केजरीवाल का सवाल कर रहा हूं क्योंकि अरविंद केजरीवाल लगातार पूर्ण राज का मुद्दा चकते ही दिल्ली के बैठे दिल्ली के दो बारी उत्थे जाए सर अंदोलन के आए मैं सवाल कर रहा अरविंद केजरीवाल सवाल खड़ा कर रहे हैं कि नहीं देखो असं मुद्दा चकन की गल की है रोज असं यही गल करते हैं ऑफकोर्स मैं किसानी पर हमला आ फैडरल स्ट्रक्चर पर हमला आ सब तो पहली गल तो मूल जी किसानी पर हमला एक तीर नाल कई शिकार कर रही है भारतीय जनता पार्टी की सरकार सो असी इदा नहीं ना भी कल फैडरल गल कर लग जाइए जी किसानी खत्म करने साजिशा चल रही अपना एम एन सी के हवाले किसानी खेती कर साजिशा चल रही असी साइडलाइन कर दिए पैरल चलेंगे सारे कुछ ठीक है ठीक है हरजीत सिंह सर मैं पहले एक तुम्हें सवाल किया गुदारा साहब ने कहा कि प्रशासन नूं चंगी तरह जानते हो प्रशासनिक अधिकारी भी रहे हो तुसी किंगरा साहब जदों सरकार अंदर ये कहती है कि बिजली सोध बिल तो पराली वाले ऑर्डिनेंस के किसानों बाहर रखा जाऊगा सर उनका कोई लिखती दस्तावेज हुंदा है किंगरा साहब जां उदों दिता जाता लिखती दस्तावेज जदों पूर्ण तौर पर सारिया बैठकों का निचोड़ निकल जाऊगा उदों लिख के सामने रखा जाऊगा भाई आह तुहाडियां मंगां असीं मान लईआं गल खत्म हरजीत सिंह किंगरा ਕਿੰਗਰਾ ਸਾਹਿਬ ਮੇਰੀ ਆਵਾਜ਼ ਪਹੁੰਚ ਰਹੀ ਤੁਹਾਡੇ ਤੱਕ ਨਹੀਂ ਨਹੀਂ ਇਹ ਪਹਿਲਾਂ ਆਧਾਰਿਤ ਕੀਤਾ ਜਾਂਦਾ ਮੀਟਿੰਗ ਤੋਂ ਪਹਿਲਾਂ ਕਿ ਮੀਟਿੰਗ ਦਾ ਏਜੰਡਾ ਤੈਅ ਕਰਕੇ ਉਹਦੀਆਂ ਪ੍ਰੋਸੀਡਿੰਗ ਹਾਂ ਇਹਦੇ 'ਚ ਕਿ ਵੀ ਪਹਿਲਾਂ ਮੀਟਿੰਗ ਤੋਂ ਪਹਿਲਾਂ ਇਹ ਨਿਰਧਾਰਿਤ ਕੀਤਾ ਜਾਂਦਾ ਹੈ ਕਿ ਬੋਲੋ 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 ਇਸ ਮੀਟਿੰਗ ਦਾ ਏਜੰਡਾ ਜਿਹੜਾ ਉਹ ਸਰਕੂਲੇਟ ਕੀਤਾ ਜਾਂਦਾ ਨਹੀਂ ਕਿੰਗਰਾ ਸਾਹਿਬ ਮੇਰਾ ਸਵਾਲ ਹੋਰ ਸੀ ਕਿੰਗਰਾ ਸਾਹਿਬ ਮੇਲਾ ਦਾ ਕੀਤੀਆਂ ਜਾਣ ਤਾਂ ਕਿੰਗਰਾ ਸਾਹਿਬ ਮੂਰੀ ਕੌਣ ਦੇਗਾ ਵੈਟ ਕੌਣ ਦੇਗਾ ਕਿੰਗਰਾ ਸਾਹਿਬ ਪਹਿਲਾਂ ਤੈਅ ਕੀਤਾ ਜਾਂਦਾ ਮੈਨੂੰ ਮੀਟਿੰਗ ਬਾਰੇ ਪਤਾ ਨਹੀਂ ਵੀ ਕੀ ਤੈਅ ਕੀਤਾ ਗਿਆ ਕਿੰਗਰਾ ਸਾਹਿਬ ਮੇਲਾ ਦਾ ਮੇਰੀ ਆਵਾਜ਼ ਤੁਹਾਡੇ ਤੱਕ ਨਹੀਂ ਪਹੁੰਚੀ ਮੈਨੂੰ ਲੱਗਦਾ ਮੇਰਾ ਸਵਾਲ ਵੀ ਤੁਹਾਨੂੰ ਨਹੀਂ ਸੁਣਿਆਗਾ ਸਵਾਲ ਸੁਣਿਆ ਸੀ ਕਿ ਨਹੀਂ ਨਹੀਂ ਸੁਣਿਆ ਹੋਣਾ ਲੱਗਦਾ मैं ਕਿੰਗਰਾ ਸਾਹਿਬ ਸਵਾਲ ਇਹ ਕਰ ਰਿਹਾ ਸੀਗਾ ਜਿਹੜਾ ਪਿਛਲੀ ਬੈਠਕ ਦੇ ਵਿੱਚ ਇਹ ਕਿਹਾ ਗਿਆ ਸੀਗਾ ਤੁਹਾਡੀਆਂ ਦੋ ਮੰਗਾਂ ਅਸੀਂ ਮੰਨ ਲਈਆਂ ਜਿਹੜਾ 50% ਵਾਲਾ ਦਾਵਾ ਕੀਤਾ ਗਿਆ ਸੀ 50% ਦਾ ਦਾਵਾ ਤਾਂ ਉਹ ਨਹੀਂ ਹੈਗਾ ਉਸ ਦਾਅਵੇ ਵਿੱਚ ਨਹੀਂ ਦਮ ਹੈਗਾਗਾ ਮੈਂ ਕਹਿ ਰਿਹਾ ਸੀਗਾ ਲਿਖਤੀ ਦਸਤਾਵੇਜ਼ ਉਹ ਦੇਣਾ ਬੰਦਾ ਸੀ ਜਾਂ ਨਹੀਂ ਹਾਇਤੀ ਕਰਨੀ ਪਹੁੰਚਿਆ ਕਿਸਾਨ ਜਥੇਬੰਦੀਆਂ ਕੋਲੇ ਬਿਲਕੁਲ ਬਣਦਾ ਜੀ ਬਿਲਕੁਲ ਬਣਦਾ ਜਦੋਂ ਮੰਗਾਂ ਮੰਨਦੀਆਂ ਤਾਂ ਉਹਦਾ ਤਾਂ ਲਿਖਤੀ ਦਸਤਾਵੇਜ਼ ਦੇਣਾ ਬਿਲਕੁਲ ਬਣਦਾ ਟੂ ਬਿਲਡ ਕੰਫੀਡੈਂਸ ਹਾਂ ਜੇ ਉਹ ਲਿਖਤੀ ਦਸਤਾਵੇਜ਼ ਨਹੀਂ ਦਿੰਦੇ ਤਾਂ ਫਿਰ ਉਹਦਾ ਮੰਗਾਂ ਦਾ ਮੰਨਣ ਦਾ ਮੰਗਾਂ ਐਂ ਕਹਿਦੀਆਂ ਮੰਨ ਲਈਆਂ ਥੋੜੀਆਂ ਕੋਈ ਰੋਟੀਆਂ ਵੀ ਖਾ ਲੈਣੀਆਂ ਸੀ ਇਹ ਤਾਂ ਦੇ ਵਿਲ ਹੈਵ ਟੂ ਬੀ ਵੈਰੀ ਕੇਅਰਫੁਲ ਨਹੀਂ ਇਹ ਮੰਨ ਕੇ ਚੱਲੀਏ ਹੁਣ ਇਹ ਮੰਨ ਕੇ ਚੱਲੀਏ ਹਰਦੀਪ ਸਿੰਘ ਇੰਗਰਾ ਇਹ ਮੰਨ ਕੇ ਚੱਲੀਏ ਸੱਤ ਬੈਠਕਾਂ ਹਜੇ ਤੱਕ ਫਿਰ ਬੇਸਿੱਟਾ ਹੀ ਹੈ ਜੋ ਤੱਕ ਲਿਖਤੀ ਡਾਕੂਮੈਂਟ ਕੋਈ ਨਹੀਂ ਹੈਗਾ ਦੇਖੋ ਇਹ ਮੀਟਿੰਗਾਂ ਮੂਟੀਆਂ ਜਿਹੜੀਆਂ ਨੇ ਨਾ ਇਹ ਬੇਸਿੱਟਾ ਹੀ ਰਹਿਣੀ ਹੈ ਅੱਠਵੀਂ ਵੀ ਤੁਹਾਨੂੰ ਹੁਣੇ ਕਹਿ ਦੇਣਾ ਬੇਸਿੱਟਾ ਹੋਣੀ ਹੈ ਮੈਂ ਤੁਸੀਂ ਅੱਜ ਭਾਵੇਂ ਮੈਂ ਕੋਈ ਜੋਤਸ਼ੀ ਨਹੀਂ ਹਾਂ ਪਰ ਮੈਂ ਸਰਕਾਰਾਂ ਦੇ ਵਿੱਚ ਵੇਖਿਆ ਅੱਠਵੀਂ ਕਿਉਂਕਿ ਸਰਕਾਰ ਇੱਕ ਨਿਰਧਾਰਿਤ ਨੀਤੀ ਦੇ ਉੱਤੇ ਚੱਲ ਰਹੀ ਹੈ ਪ੍ਰੀ ਪਲੈਨਡ ਲਾਈਨ ਦੇ ਉੱਤੇ ਚੱਲ ਰਹੀ ਹੈ ਉਸ ਲਾਈਨ ਦੇ ਵਿੱਚ ਸਿੱਟਾ ਨਿਕਲਣ ਦੀ ਕੋਈ ਉਮੀਦ ਹੈ ਨਹੀਂ ਜਿਹੜਾ ਕਿਸਾਨਾਂ ਸਿੱਟਾ ਚਾਹੁੰਦੇ ਹੈ ਉਹ ਕਦੇ ਨਹੀਂ ਨਿਕਲੂਗਾ ਮੈਂ ਤੁਹਾਨੂੰ ਅੱਜ ਦੱਸੀ ਜਾਣਾਗਾ ਮੀਟਿੰਗਾਂ 20 ਹੋ ਜਾਣ 50 ਹੋ ਜਾਣ 100 ਕਦੇ ਵੀ ਕਦੇ ਨਹੀਂ ਵਾਲਾ ਕਦੇ ਨਹੀਂ ਵਾਲਾ ਸਵਾਲ ਖੜਾ ਕਰਕੇ ਤੁਸੀਂ ਨਿਰਾਸ਼ਾ ਪੈਦਾ ਕਰ ਰਹੇ ਹੋ ਸਰ ਮੈਂ ਨਿਰਾਸ਼ਾ ਨਹੀਂ ਪੈਦਾ ਕਰ ਰਿਹਾ ਮੈਂ ਤੁਹਾਨੂੰ ਦੱਸਦਾ ਕਿ ਜਿਹੜਾ ਕਾਰਪੋਰੇਟ ਦੀ ਵੀ ਗੱਲ ਹੋਈ ਸੀਗੀ ਤੁਹਾਨੂੰ ਪਤਾ ਨਹੀਂ ਹਿਸਟਰੀ 'ਚ ਆਏਗਾ ਕਿ ਪ੍ਰੈਜ਼ੀਡੈਂਟ ਰੂਸਵੈਲਟ ਨੇ $300 million ਜੇਪੀ ਮਾਰਗਨ ਤੋਂ ਉਧਾਰੇ ਲਏ ਸੀ ਫਿਰ ਵੀ ਪ੍ਰੈਜ਼ੀਡੈਂਟ ਰੂਸਵੈਲਟ ਨੇ ਜਿਹੜੇ ਟਰੱਸਟ ਹੈ ਐਂਟੀ ਟਰੱਸਟ ਬਿੱਲ ਪਾ ਕੇ ਟਰੱਸਟ ਤੋੜਨੇ ਸ਼ੁਰੂ ਕਰ ਦਿੱਤੇ ਵੱਡੇ ਵੱਡੇ ਅਮੀਰਾਂ ਦੇ ਜਿਹੜੇ ਆ ਉਹਨਾਂ ਦੇ ਟਰੱਸਟ ਤੋੜਨ ਲੱਗ ਗਿਆ ਜੇਪੀ ਮਾਰਗਨ ਪਰਸਨਲੀ ਰਾਸ਼ਟਰਪਤੀ ਨੂੰ ਮਿਲਣ ਗਿਆ ਕਹਿੰਦਾ ਵੀ ਤਕਲੀਫ ਕੀ ਹੈ ਮੇਰੇ ਬੰਦੇ ਬਹਿ ਜਾਣਗੇ ਤੇਰੇ ਬੰਦੇ ਬਹਿ ਜਾਣਗੇ
ਆਪਸ ਚ ਗੱਲ ਕਰ ਲੈਂਦੇ ਹਾਂ, ਅਸੀਂ ਤੁਹਾਨੂੰ $300 million ਦਿੱਤਾ। ਅੱਗੋਂ ਰੂਸਵੈਲਟ ਦਾ ਜਵਾਬ ਸੀ ਕਿ ਮਿਸਟਰ ਸੋ ਐਂਡ ਸੋ ਆਈ ਐਮ ਦੀ ਪ੍ਰੈਜ਼ੀਡੈਂਟ ਆਫ USA। ਅਗਰ ਪ੍ਰਧਾਨ ਮੰਤਰੀ ਨੇ ਫੰਡ ਲਿਆ ਵੀ ਹੈ ਤਾਂ ਪ੍ਰਧਾਨ ਮੰਤਰੀ ਕਹਿੰਦੇ ਜੋਲੀ ਵੈਲ ਸੇ ਟੂ ਅਦਾਨੀ ਐਂਡ ਅਮਾਨੀ ਬੋਥ ਕਿ ਲਿਸਨ ਜੈਂਟਲਮੈਨ ਆਈ ਐਮ ਦੀ ਪ੍ਰਾਈਮ ਮਿਨਿਸਟਰ ਆਫ ਦਿਸ ਕੰਟਰੀ, ਯੂ ਹੈਵ ਨੋ ਬਿਜ਼ਨਸ ਟੂ ਡਿਕਟੇਟ ਮੀ ਵਟ ਸ਼ੁਡ ਆਈ ਡੂ। ਹੀ ਸ਼ੁਡ ਹੈਵ ਦਾ ਗਟਸ ਟੂ ਸੇ ਸੋ, ਐਂਡ ਰੂਸਵੈਲਟ ਡਿਡ ਇਟ, ਯੂ ਕੈਨ ਚੈੱਕ ਵਿਦ ਦਾ ਹਿਸਟਰੀ, ਕਿਉਂਕਿ ਪ੍ਰਾਈਮ ਮਿਨਿਸਟਰ ਲੋਕਾਂ ਨੇ ਬਣਾਇਆ। ਚਲੋ ਅਦਾਨੀ ਅਮਾਨੀ ਪੈਸਿਆਂ ਨੇ ਬਣਾਇਆ। ਠੀਕ ਹੈ ਹਰਦੀਪ ਸਿੰਘ, ਜਿਹੜੀ ਤੁਸੀਂ ਆਰਗੂਮੈਂਟ ਜਿਹੜਾ ਦਿੱਤਾ, ਤੁਸੀਂ ਜਿਹੜੀ ਐਗਜ਼ਾਮਪਲ ਵੀ ਦਿੱਤੀ ਹੈ ਉਹਦੇ ਵਿੱਚ ਸਰ ਵਜ਼ਨ ਹੈਗਾ, ਇਹ 'ਚ ਕੋਈ ਸ਼ੱਕ ਨਹੀਂ, ਪਰ ਉਸ ਮੌਕਿਆਂ 'ਤੇ ਸਰ ਅੰਦੋਲਨ ਹੀ ਹੋਏ ਸੀ ਜਿਹੜਾ ਅੰਦੋਲਨ ਖੜਾ ਹੋਇਆ। ਇੱਕ ਛੋਟਾ ਬ੍ਰੇਕ ਲਊਂਗਾ, ਬ੍ਰੇਕ ਤੋਂ ਵਾਪਸ ਆਵਾਂਗੇ। ਟਾਈਮ ਟਪੋਨ 'ਤੇ ਕਿਉਂ ਲੱਗੀ ਸਰਕਾਰ, ਮੂਲ ਸਵਾਲ ਆ, ਵਾਪਸ ਆ ਕੇ ਫਿਰ ਪੁੱਛੂੰਗਾ। ਸੱਤ ਦੌਰ ਦੀਆਂ ਬੈਠਕਾਂ ਤੋਂ ਬਾਅਦ ਕਿਸਾਨਾਂ 'ਤੇ ਸਰਕਾਰ ਵੀ ਯਕੀਨ ਕਿੱਥੇ ਖੜਾ। ਜਗਤਾਰ ਸਿੰਘ ਜਿਹੜਾ ਸਰ, ਜਿਹੜਾ ਹਰਦੀਪ ਸਿੰਘ ਗੰਗਰਾਹਰਾ ਨੇ ਕਿਹਾ ਕਿ ਜਿੰਨੀਆਂ ਮਰਜ਼ੀਆਂ ਬੈਠਕਾਂ ਹੋ ਜਾਣ ਕੋਈ ਹੱਲ ਨਹੀਂ ਨਿਕਲਣਾ ਗਾ, ਆਮ ਆਦਮੀ ਪਾਰਟੀ ਕਾਂਗਰਸ ਇਸ ਸਟੈਂਡ ਨਾਲ ਸਹਿਮਤ ਹੈ? ਮੈਨੂੰ ਥੋੜਾ ਸਵਾਲ ਸੁਣਿਆ ਨਹੀਂ ਕੇਪੀ ਸਿੰਘ ਜੀ। ਹਰਦੀਪ ਸਿੰਘ ਕਿੰਗਰਾ ਕਹਿ ਰਿਹਾ ਹੈ ਕਿ 8ਵੀਂ ਬੈਠਕ ਦੇ ਵਿੱਚ ਵੀ ਕੋਈ ਨਤੀਜਾ ਨਿਕਲਣਾ, ਇਸ ਤੋਂ ਬਾਅਦ ਜਿੰਨੀਆਂ ਮਰਜ਼ੀ ਬੈਠਕਾਂ ਹੋ ਜਾਣ ਕੋਈ ਨਤੀਜਾ ਨਿਕਲਣ ਦੀ ਉਮੀਦ ਨਹੀਂ ਹੈਗੀ ਉਹਨਾਂ ਨੂੰ ਹੈਗੀ। ਜਗਤਾਰ ਸਿੰਘ ਜਿਹੜਾ, ਆਮ ਆਦਮੀ ਪਾਰਟੀ ਕਾਂਗਰਸ ਇਸ ਆਰਗੂਮੈਂਟ ਨਾਲ ਖੜਦੀ ਹੈ? ਬਿਲਕੁਲ ਨਹੀਂ ਜੀ, ਬਿਲਕੁਲ ਨਹੀਂ। ਇਹ ਕਾਨੂੰਨ ਰੱਦ ਹੋਣਗੇ, ਕਿਸਾਨੀ ਸੰਘਰਸ਼ ਦੀ ਜਿੱਤ ਹੋਏਗੀ, ਪਰ ਹਾਲ ਦੀ ਘੜੀ ਬੀਜੇਪੀ ਲੱਭ ਰਹੀ ਆ ਕਿ ਕਿਸੇ ਤਰ੍ਹਾਂ ਕਾਨੂੰਨ 'ਚ ਖੜੋਤ ਆਵੇ, ਸੰਘਰਸ਼ ਵਿੱਚ ਖੜੋਤ ਆਵੇ ਜਾਂ ਨੈਗੇਟਿਵਿਟੀ ਆਵੇ ਜਾਂ ਅਸੀਂ ਇਹਨੂੰ ਕਿੱਦਾਂ ਤਾਰ ਪੀਡੋ ਕਰ ਸਕਦੇ ਹਾਂ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਭਾਰਤੀ ਜਨਤਾ ਪਾਰਟੀ ਬੜੀ ਖਤਰਨਾਕ ਪਾਰਟੀ ਹੈ। ਇਹ ਧਰਮ ਦੇ ਨਾਂ 'ਤੇ, ਜਾਤਪਾਤ ਦੇ ਨਾਂ 'ਤੇ ਲੋਕਾਂ ਨੂੰ ਲੜਾ ਕੇ ਵੋਟਾਂ ਲੈਣ 'ਚ ਯਕੀਨ ਰੱਖਦੇ ਹਨ। ਇਹ ਮੌਕੇ ਦੀ ਤਾਕ 'ਚ ਨੇ, ਜਿੰਨੀਆਂ ਸਿਆਸੀ ਪਾਰਟੀਆਂ, ਸਭ ਤੋਂ ਵੱਧ ਖਤਰਨਾਕ ਪਾਰਟੀ ਇਹ ਹੈ ਇੰਡੀਆ ਦੇ ਵਿੱਚ ਹੁਣ ਤੱਕ ਮੈਂ ਜਿਹੜਾ ਦੇਖਿਆ ਹੈ। ਸੋ ਇਹਦਾ ਮਤਲਬ ਇਹ ਨਹੀਂ, ਕਿਉਂਕਿ ਸੰਘਰਸ਼ ਵਧੀ ਜਾ ਰਿਹਾ, ਸੰਘਰਸ਼ ਵਧੀ ਜਾ ਰਿਹਾ, ਕਿੱਥੋਂ ਪੰਜਾਬ ਤੋਂ ਸ਼ੁਰੂ ਹੋ ਕੇ ਹਰਿਆਣਾ ਜੁੜ ਗਿਆ, ਰਾਜਸਥਾਨ ਜੁੜ ਗਿਆ, ਸਾਊਥ ਤੱਕ ਪਹੁੰਚ ਗਿਆ। ਔਰ ਇਹਦੇ ਵਿੱਚ ਇੱਦਾਂ ਹੀ ਹੁੰਦਾ ਆ, ਇਹ ਸਿਆਸੀ ਪਾਰਟੀਆਂ ਤੱਕ ਖਤਮ ਹੋ ਜਾਂਦੀਆਂ ਹੁੰਦੀਆਂ, ਲੋਕਾਂ ਦੇ ਨਾਲ ਹੀ ਆ, ਲੋਕਾਂ ਨੇ ਹੀ ਤਾਕਤ ਦੇਣੀ ਆ। ਲੋਕ ਜੇ ਵਿਰੁੱਧ ਹੋ ਗਏ, ਇੱਥੇ ਲੱਭਣਾ ਨਹੀਂ ਹੈ ਕੋਈ ਹੋਰ, ਕੋਈ ਪਾਰਟੀ ਅੱਗੇ ਆ ਜਾਏਗੀ ਜਿਹੜੀ ਕਿਸੇ ਲੋਕਾਂ ਦੀ ਗੱਲ ਕਰੇਗੀ। ਸੋ ਜਿਹੜੀ ਤਾਕਤ ਹੈਗੀ ਆ ਭਾਰਤੀ ਜਨਤਾ ਪਾਰਟੀ, ਉਹ ਇਹਨਾਂ ਦੀ ਪੂਰੀ ਨਹੀਂ ਹੋਣੀ, ਸੰਘਰਸ਼ ਦੀ ਅਵਸ਼ ਜਿੱਤ ਹੋਏਗੀ, ਥੋੜੀ ਜਿਹੀ ਦੇਰੀ ਜ਼ਰੂਰ ਹੋ ਜਾਏਗੀ। ਚਲੋ, ਤੁਹਾਨੂੰ ਲੱਗਦਾ ਸੰਘਰਸ਼ ਦੀ ਜਿੱਤ ਹੋਊਗੀ? ਜਗਤਾਰ ਸਿੰਘ ਜਿਹੜਾ, ਇਉਂ ਲੱਗਦਾ ਕਿ ਸਿਆਸਤਦਾਨ ਬੇਰੁਜ਼ਗਾਰ ਹੋ ਗਿਆ ਜਦੋਂ ਕਿਸਾਨ ਅੰਦੋਲਨ ਖੜਾ ਹੋਇਆ? ਨਹੀਂ, ਬੇਰੁਜ਼ਗਾਰ ਨਹੀਂ ਹੋਏ, ਬਾਕੀ ਕੁਦਰਤੀ ਗੱਲ ਹੈ। ਦੇਖੋ, ਇੱਕ ਚੀਜ਼ ਤੇ ਫੋਕਸ ਇੰਨਾ ਹੋ ਗਿਆ ਜਿਹੜਾ ਕਿ ਮੁੱਦਾ ਜ਼ਰੂਰੀ ਵੀ ਹੈ। ਔਰ ਜਿਹੜਾ ਸਿਆਸੀ ਪਾਰਟੀਆਂ ਨੇ ਪਿਛਲੇ ਆਜ਼ਾਦੀ ਤੋਂ ਬਾਅਦ 70 ਤੋਂ ਵੱਧ ਸਾਲਾਂ ਦੇ ਵਿੱਚ ਜੋ ਆਪਣੀ ਕਾਰਗੁਜ਼ਾਰੀ, ਜੋ ਆਪਣੀ ਦਿਖਾਇਆ ਨਾ ਲੋਕਾਂ ਦੇ ਮੁੱਦਿਆਂ ਦੀ ਗੱਲ ਚੋਣਾਂ 'ਚ ਕਰਨੀ ਤੇ ਬਾਅਦ 'ਚ ਕਰਨਾ ਹੀ ਕੁਛ ਨਾ, ਉਹਦੇ ਕਰਕੇ ਕਿਸਾਨਾਂ ਲਈ ਇਹ ਜ਼ਰੂਰੀ ਹੋ ਗਿਆ ਸੀਗਾ ਕਿ ਇਹਨਾਂ ਨੂੰ ਸਟੇਜ 'ਤੇ ਨਾ ਚੜ੍ਹਨ ਦਿੱਤਾ ਜਾਵੇ, ਇਹਨਾਂ ਨੂੰ ਝੰਡਾ ਨਾ ਲਿਆਉਣ ਦਿੱਤਾ ਜਾਵੇ, ਕਿਉਂਕਿ ਮੈਜੋਰਿਟੀ ਪਾਰਟੀਆਂ ਤਾਂ MNCs ਦੇ ਹੱਕ ਵਿੱਚ ਹੈ, ਜਿਸ ਤਰ੍ਹਾਂ ਕਾਂਗਰਸ ਦਾ ਵੀ ਜਾਂ ਹੋਰ ਸ਼੍ਰੋਮਣੀ ਅਕਾਲੀ ਦਲ ਦਾ ਵੀ ਰੋਲ ਸਾਰਿਆਂ ਨੇ ਦੇਖ ਲਿਆ ਆ। ਕਾਂਗਰਸ ਪਾਰਟੀ ਨੂੰ ਵੀ ਪਹਿਲਾਂ ਪਤਾ ਸੀ, ਇਹਨਾਂ ਨੇ ਵਿਰੋਧ ਨਹੀਂ ਕੀਤਾ। ਸ਼੍ਰੋਮਣੀ ਅਕਾਲੀ ਦਲ ਤਾਂ ਝੰਡਾ ਫੜ ਕੇ ਤੁਰਿਆ ਰਿਹਾ ਕਿ ਕਾਨੂੰਨ ਬੜੇ ਵਧੀਆ, ਕਾਨੂੰਨ ਬੜੇ ਵਧੀਆ, ਮਜਬੂਰੀ ਬਸ ਵਾਪਸ ਆਏ ਆ। ਸੋ ਇਸ ਕਰਕੇ ਕਿਸਾਨਾਂ ਨੇ ਸਹੀ ਕੀਤਾ ਜੋ ਕੀਤਾ ਆ, ਸਿਆਸੀ ਪਾਰਟੀਆਂ ਲੋਕਾਂ ਨੂੰ ਡਿਲੀਵਰ ਕਰਨ ਵਿੱਚ ਫੇਲ ਹੋਈਆਂ ਬੁਰੀ ਤਰ੍ਹਾਂ। ਠੀਕ ਹੈ ਹਰਦੀਪ ਸਿੰਘ ਗਿੰਗਰਾ, ਇੱਕ ਬੜਾ ਇੰਪੋਰਟੈਂਟ ਸਵਾਲ ਹੈ, ਉਹ ਵਾਰ ਵਾਰ ਇਹ ਚਰਚਾ ਵਿੱਚ ਆਉਂਦਾ ਕਿ ਪੰਜਾਬ ਸਰਕਾਰ ਦਾ ਰੋਲ ਕੀ ਰਿਹਾ? ਆਮ ਆਦਮੀ ਪਾਰਟੀ ਜਾਂ ਅਕਾਲੀ ਦਲ ਹੈ, ਤੁਹਾਡੇ 'ਤੇ ਲਗਾਤਾਰ ਹਮਲਾਵਰ ਰੁੱਖ ਹੈ ਉਹਨਾਂ ਦਾ, ਚਾਹੇ BJP ਹੈ, ਉਹ ਕਹਿੰਦੇ ਵੀ ਤੁਸੀਂ ਉਹਨਾਂ ਪ੍ਰੋਸੀਡਿੰਗ ਦੇ ਵਿੱਚ, ਉਹਨਾਂ ਮੀਟਿੰਗਾਂ ਦੇ ਵਿੱਚ ਬੈਠਦੇ ਰਹੇ ਹੋ, ਤੁਹਾਡੇ ਖਜ਼ਾਨਾ ਮੰਤਰੀ, ਮੁੱਖ ਮੰਤਰੀ, ਉਸ ਹਾਈ ਪਾਵਰ ਕਮੇਟੀ ਦੇ ਵਿੱਚ ਬੈਠਦੇ ਰਹੇ ਹੋ ਸਰ, ਤੁਸੀਂ ਵਾਰ ਵਾਰ ਸਫਾਈ ਦੇ ਰਹੇ ਹੋ, ਉਸ ਸਫਾਈ ਦੇਣ ਦੇ ਬਾਵਜੂਦ ਵੀ ਲੋਕ ਤੁਹਾਡੇ 'ਤੇ ਭਰੋਸਾ ਨਹੀਂ ਕਰ ਪਾ ਰਹੇ ਕਿੰਗਰਾ ਸਾਹਿਬ? ਨਹੀਂ ਨਹੀਂ, ਇਸ ਤਰ੍ਹਾਂ ਨਹੀਂ ਹੁੰਦਾ KP। ਦੇਖੋ, ਇਹ ਸਵਾਲ ਸ਼ੁਰੂ ਤੋਂ ਅਸੀਂ ਬਹੁਤ ਕਲੈਰੀਫਾਈ ਕੀਤਾ ਹੈਗਾ। ਨਹੀਂ, ਅਸੀਂ ਬਹੁਤ ਵਾਰੀ ਕਲੈਰੀਫਾਈ ਕੀਤਾ ਹੈਗਾ ਕਿ ਜਿਹੜੀਆਂ ਮੀਟਿੰਗਾਂ ਹੈਗੀਆਂ ਉਹਦੇ ਵਿੱਚ ਜਿਹੜਾ ਇਹੋ ਜਿਹੀ ਕੋਈ ਗੱਲ ਨਹੀਂ ਸੀ ਕਿ ਇਹਨਾਂ ਨੇ ਕਿਹਾ ਹੋਵੇ ਵੀ ਐਂ ਆਰਡੀਨੈਂਸ ਲਿਆਵਾਂਗੇ, ਆਹ ਲਿਆਵਾਂਗੇ। ਡਿਸਕਸ਼ਨਾਂ ਹੁੰਦੀਆਂ ਜਾਂ ਤਾਂ ਜਦੋਂ ਪਤਾ ਸੀ ਵੀ ਇਹ ਜਿਹੜਾ ਸਟੇਟਾਂ ਨੂੰ ਇਫੈਕਟ ਕਰਦਾ, ਕਿਸਾਨੀ ਨੂੰ ਇਫੈਕਟ ਕਰਦਾ, ਇਹ ਕਾਨੂੰਨ ਦੇ ਜਿਹੜੀਆਂ ਕਾਪੀਆਂ ਨੇ ਡਰਾਫਟ ਆਉਣੇ ਚਾਹੀਦੇ ਸੀ ਸਟੇਟਾਂ ਦੇ ਕੋਲੇ ਫਾਰ ਦੇਅਰ ਓਪੀਨੀਅਨ, ਉਹਨਾਂ ਦੇ ਕਮੈਂਟ ਲੈਂਦੇ ਸਟੇਟਾਂ ਦੇ, ਫਿਰ ਅਸੀਂ ਕਹਿ ਸਕਦੇ ਸਾਡੀ ਸਰਕਾਰ ਨੇ ਕੋਈ ਕਮੈਂਟ ਭੇਜਿਆ। ਹੁਣ ਬੀਬੀ ਹਰਸਿਮਰਤ ਕੌਰ ਬਾਦਲ ਕਹਿੰਦੀ ਮੇਰੇ ਦਸਖਤ ਦਿਖਾਓ, ਉਹ ਭਾਈ ਕੈਬਨਿਟ ਦੇ ਦਸਖਤ ਹੀ ਨਹੀਂ ਹੁੰਦੇ ਗੇ, ਉਹ ਤਾਂ ਕੈਬਨਿਟ ਦੀ ਜਿਹੜੀ ਪ੍ਰੋਸੀਡਿੰਗ ਹੈ, ਕੈਬਨਿਟ ਸੈਕਟਰੀ ਡਰਾ ਕਰਦਾ, ਪ੍ਰਧਾਨ ਮੰਤਰੀ ਅਪਰੂਵ ਕਰਦਾ, ਤੁਹਾਡੇ ਕੋਲ ਆ ਜਾਂਦੀਆਂ ਹੈਗੀਆਂ। ਕੈਬਨਿਟ ਦੇ ਵਿੱਚ ਤੁਸੀਂ ਬੈਠੇ ਹੋ, ਤੁਸੀਂ ਕੈਬਨਿਟ 'ਚ ਨਹੀਂ ਦਸਖਤ ਕਰੋਗੇ, ਯੂ ਕੈਨ ਨਾਟ ਬੀ ਅ ਮਿਨਿਸਟਰ ਐਜ਼ ਪਰ ਦਾ ਲਾਅ। ਤੁਸੀਂ ਕੈਬਨਿਟ ਦੇ ਵਿੱਚ ਕੋਈ ਵੀ ਡਿਸੈਂਟਿੰਗ ਮਿਨਿਸਟਰ ਕੈਬਨਿਟ ਮਿਨਿਸਟਰ ਨਹੀਂ ਰਹਿ ਸਕਦਾ, ਉਹਨੂੰ ਅਸਤੀਫਾ ਦੇਣਾ ਪੈਂਦਾ। ਕੈਬਨਿਟ ਦੇ ਵਿੱਚ ਕੋਈ ਵੀ ਫੈਸਲਾ ਡਿਸੈਂਟ ਦੇ ਨਾਲ ਪਾਸ ਨਹੀਂ ਹੁੰਦਾ, ਹਰੇਕ ਫੈਸਲਾ ਜਿਹੜਾ ਉਹ ਸਰਬਸੰਮਤੀ ਨਾਲ ਪਾਸ ਕੀਤਾ ਜਾਂਦਾ ਕੈਬਨਿਟ 'ਚ, ਇਹ ਰੂਲ ਹੈ। ਜੇ ਕੋਈ ਵੀ ਮੰਤਰੀ ਉੱਥੇ ਕੈਬਨਿਟ ਦੇ ਵਿੱਚ ਡਿਸੈਂਟ ਕਰਦਾ,
जे हरसिमरत कौर बादल ने कितने कैबिनेट के डिसेंट किया होगा तो उन्होंने अस्तीफा देना पैना सी, डिसेंट कर ही नहीं सकते कैबिनेट के रूल है। ਤੁਸੀਂ ਕਿੰਗਰਾ ਸਾਹਿਬ ਤੁਸੀਂ ਕਿਹੜਾ ਡਾਕੂਮੈਂਟ ਦਿਖਾ ਸਕਦੇ ਹੋ? ਅਕਾਲੀ ਦਲ ਤਾਂ ਤੁਸੀਂ ਕਹਿ ਰਹੇ ਡਾਕੂਮੈਂਟ ਨਹੀਂ ਦਿਖਾ ਪਾ ਰਹੇ ਆ ਕੋਈ ਸਾਰੀਆਂ ਭਾਈ। ਹਰਜੀਤ ਸਿੰਘ ਕਿੰਗਰਾ ਤੁਸੀਂ ਕਹਿ ਰਹੇ ਹੋ ਕਿ ਅਕਾਲੀ ਦਲ ਤਾਂ ਕੋਈ ਡਾਕੂਮੈਂਟ ਨਹੀਂ ਦਿਖਾ ਪਾ ਰਿਹਾ ਕਿ ਉਹਨਾਂ ਨੇ ਡਾਇਸੈਂਟ ਕੀਤਾ ਜਾਂ ਨਹੀਂ ਕੀਤਾ? ਦੇਖੋ ਅਸੀਂ ਕਿਹੜੇ ਅਸੀਂ ਦੇਖੋ ਇੱਕ ਡਿਸਕਸ਼ਨ ਹੋ ਰਹੀ ਹੈ, ਉਹ ਡਿਸਕਸ਼ਨ ਤੋਂ ਬਾਅਦ ਕਾਨੂੰਨ ਬਣ ਜਾਂਦੇ ਆ, ਕਾਨੂੰਨ ਜਿਹੜੇ ਉਹ ਆਰਡੀਨੈਂਸ ਬਣ ਜਾਂਦੇ ਆ। ਚਲੋ ਠੀਕ ਠੀਕ, ਮੈਂ ਦਾਅਵੇ ਨਾਲ ਕਹਿ ਸਕਦਾ ਕਿਸੇ ਵੀ ਕੈਬਨਿਟ ਡਿਸੀਜਨ ਤੇ ਦਸਤਖਤ ਨਹੀਂ ਹੁੰਦੇ, ਉਹਨਾਂ ਦੀ ਅਟੈਂਡੈਂਸ ਹੁੰਦੀ ਹੈ ਕੈਬਨਿਟ ਦੀ ਕਿ ਤੁਸੀਂ ਆਏ ਸੀ ਕੈਬਨਿਟ ਦੀ ਮੀਟਿੰਗ ਅਟੈਂਡ ਕਰਨ ਬਸ। ਔਰ ਕੈਬਨਿਟ ਦੀ ਮੀਟਿੰਗ ਜੇ ਅਟੈਂਡ ਹਰਸਿਮਰਤ ਕੌਰ ਬਾਦਲ ਨੇ ਕੀਤੀ, ਦਸਤਖਤ ਹੋਣਗੇ ਰਜਿਸਟਰ ਦੇ ਵਿੱਚ ਪੱਕਾ, ਅਟੈਂਡੈਂਸ ਰਜਿਸਟਰ। ਮੈਂ ਦਾਅਵੇ ਨਾਲ ਕਹਿ ਸਕਦਾ ਰਜਿਸਟਰ ਦੀ, ਅੱਛਾ ਹਰਸਿਮਰਤ ਕੌਰ ਬਾਦਲ ਨੂੰ ਕਹੋ ਰਜਿਸਟਰ ਦੀ ਕਾਪੀ ਭੇਜ ਕੇ ਸਾਨੂੰ ਦਿਖਾਵੇ ਵੀ ਤੇਰੇ ਦਸਤਖਤ ਨਹੀਂ ਹੈਗੇ। ਚਲੋ ਇਫ ਸ਼ੀ ਹੈਜ਼ ਅਟੈਂਡਡ ਦਾ ਮੀਟਿੰਗ ਸ਼ੀ ਵਿਲ ਹੈਵ ਟੂ ਸਾਈਨ ਦੀ ਅਟੈਂਡੈਂਸ ਰਜਿਸਟਰ ਐਂਡ ਸ਼ੀ ਕੈਨ ਨਾਟ ਡਿਸੈਂਟ। ਮੈਂ ਅਕਾਲੀ ਦਲ ਨੂੰ ਹੀ ਪੁੱਛਣਾ ਕਿੰਗਰਾ ਸਾਹਿਬ, ਜੋ ਮਰਜ਼ੀ ਬੋਲੀ ਜਾਵੇ ਸੁਖਵੀਰ ਬਾਦਲ। ਕਿੰਗਰਾ ਸਾਹਿਬ ਮੈਂ ਅਕਾਲੀ ਦਲ ਨੂੰ ਹੀ ਪੁੱਛਣਾ, ਤੁਸੀਂ ਆਪਦੀ ਪਾਰਟੀ ਦਾ ਜਵਾਬ ਦੇ ਸਕਦੇ ਹੋ ਸਰ? ਤੁਸੀਂ ਇਸ ਆਰਗੂਮੈਂਟ ਨੂੰ ਜਿਹੜਾ ਡਾਕੂਮੈਂਟ ਦਿਖਾਇਆ ਜਾ ਰਿਹਾ ਹਾਈ ਪਾਵਰ ਕਮੇਟੀ ਵਾਲਾ ਮੀਟਿੰਗਾਂ ਵਾਲਾ, ਉਸ ਨੂੰ ਕਿਵੇਂ ਸਰ ਕਿਵੇਂ ਤੁਸੀਂ ਉਹਨੂੰ ਡਿਕਲਾਈਨ ਕਰੋਗੇ, ਉਹਨੂੰ ਕਿਵੇਂ ਖਾਰਜ ਕਰੋਗੇ ਤੁਸੀਂ ਕਿੰਗਰਾ ਸਾਹਿਬ? ਯਾਰ ਮੈਨੂੰ ਤੇਰੇ ਸਵਾਲ ਨਹੀਂ ਸੁਣਿਆ। ਚਲੋ ਕੋਈ ਨਹੀਂ, ਮੈਂ ਵਾਪਸ ਮੈਨੂੰ ਲੱਗਦਾ ਕੋਈ ਦਿੱਕਤ ਆ ਰਹੀ ਹੈ ਸਰ, ਸਵਾਲ ਨਹੀਂ ਪਹੁੰਚ ਰਿਹਾ ਮੇਰਾ। ਕੋਈ ਨਹੀਂ, ਵਾਪਸ ਆ ਕੇ ਪੁੱਛੂਗਾ। ਕੋਈ ਨਾ ਕਨੈਕਸ਼ਨ 'ਚ ਪ੍ਰੋਬਲਮ ਹੈ, ਪੂਰ ਕਨੈਕਸ਼ਨ ਵੀ ਆ ਰਿਹਾ। ਠੀਕ ਹੈ। ਅਰਜੀਵ ਦਾਰਾ ਜੀ 4 ਤਰੀਕ ਨੂੰ ਬੈਠਕ, 5 ਤਰੀਕ ਨੂੰ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਕੋਰਟ ਹੈ ਆਪਦੀ ਪ੍ਰੋਸੀਡਿੰਗ ਸ਼ੁਰੂ ਕਰ ਸਕਦਾ ਹੈ। 6 ਤਰੀਕ ਨੂੰ ਤੁਹਾਡਾ ਅਨਾਊਂਸਮੈਂਟ ਹੈ, 6 ਤੋਂ ਇਲਾਵਾ ਤੁਹਾਡਾ 20 ਤਰੀਕ ਤੱਕ ਜਿਹੜੀ ਅਨਾਊਂਸਮੈਂਟ ਹੈ, 26 ਜਨਵਰੀ ਵਾਲੀ ਅਨਾਊਂਸਮੈਂਟ ਹੈ। ਮੇਰਾ ਸਵਾਲ ਹੈ ਅਰਜੀਵ ਦਾਰਾ ਜੀ, 4 ਤਰੀਕ ਨੂੰ ਬੈਠਕ, 5 ਤਰੀਕ ਨੂੰ ਪ੍ਰੋਸੀਡਿੰਗ ਜਿਹੜੀ ਕੋਰਟ ਦੀ ਹੋਣੀ ਹੈ ਉਹ ਅਸੀਂ ਤੈਅ ਮੰਨੀਏ ਵੀ ਹੋਣੀ ਹੈ, ਉਸ ਦੇ ਜ਼ਰੀਏ ਕੋਈ ਸਰਕਾਰ ਹੱਲ ਲੱਭ ਸਕਦੀ ਹੈ? ਮੈਂ ਹਲੇ ਸੁਪਰੀਮ ਕੋਰਟ ਦੀ ਲਿਸਟ ਨਹੀਂ ਵੇਖੀ, ਮੈਨੂੰ ਨਹੀਂ ਪਤਾ ਕਿ ਕੱਲ ਲੱਗ ਰਿਹਾ ਕਿ ਨਹੀਂ ਲੱਗ ਰਿਹਾ, ਪਰ ਚਰਚਾ ਵਿੱਚ ਹੈ ਕਿ ਕੱਲ ਸੁਣਵਾਈ ਹੋਏਗੀ। ਪਰੰਤੂ ਜਥੇਬੰਦੀਆਂ ਨੇ, ਕਿਸਾਨ ਲੀਡਰਸ਼ਿਪ ਨੇ ਪਹਿਲਾਂ ਹੀ ਕਿਹਾ 4 ਤਰੀਕ ਦੀ ਮੀਟਿੰਗ, 5 ਤਰੀਕ ਦੀ ਕੋਰਟ ਸੁਣਵਾਈ ਵੇਖ ਕੇ ਅਸੀਂ ਫੈਸਲਾ ਕਰਾਂਗੇ ਕਿ 6 ਤਰੀਕ ਦਾ ਟਰੈਕਟਰ ਮਾਰਚ KMP ਤੇ ਹੋਣਾ ਹੈ, ਤੇ ਇੱਧਰ ਸ਼ਾਹਜਹਾਂਪੁਰ ਤੋਂ ਵੀ ਲੋਕਾਂ ਨੇ ਅੱਗੇ ਭੇਜਣ ਬਾਰੇ ਜਿਹੜਾ ਫੈਸਲਾ ਕਰਨਾ ਉਹ ਵੀ ਉਦੋਂ ਹੋਊਗਾ, ਉਸ ਤੋਂ ਬਾਅਦ 13 ਨੂੰ 18 ਨੂੰ ਲਗਾਤਾਰ 26 ਜਨਵਰੀ ਤੱਕ ਦਾ ਇਹ ਸਾਰੇ ਫੈਸਲੇ ਸਰ ਪਹਿਲਾਂ ਉਹਨਾਂ ਲਏ ਨੇ। ਤੇ 26 ਤਰੀਕ ਨੂੰ ਜਿਹੜੀ ਪਰੇਡ ਕਰਨੀ ਹੈ ਟਰੈਕਟਰ ਪਰੇਡ ਦਿੱਲੀ ਦੇ ਵਿੱਚ, ਗਣਤੰਤਰ ਹੈ ਦੇਸ਼ ਦਾ, ਜਿਹੜਾ ਕਿਸਾਨ ਹੈ ਜਿਹੜਾ ਅੰਦੋਲਨ ਦੇ ਵਿੱਚ ਉਹ ਵੀ ਗਾਣਾ ਦੇਸ਼ ਦਾ, ਉਹਨਾਂ ਦਾ ਅਧਿਕਾਰ ਸਾਰਾ। ਮੈਨੂੰ ਲੱਗਦਾ ਹੈ ਕਿ ਸਰਕਾਰ ਜਿੱਥੇ ਹੁਣ ਫਸ ਗਈ ਹੈ, ਸਰਕਾਰ ਨੇ, ਤੁਸੀਂ ਕਿੰਗਰਾ ਜੀ ਗੱਲ ਕਰ ਰਹੇ ਸੀ ਇਲੈਕਸ਼ਨ ਫੰਡ ਦੀ, ਤੁਸੀਂ ਯਾਦ ਹੋਏਗਾ ਤੁਹਾਨੂੰ ਕਿ ਜਿਹੜਾ ਇਲੈਕਟਰਲ ਫੰਡ ਜਿਹੜਾ ਬਣਾਇਆ ਸੀ, ਬੌਂਡ ਜਿਹੜਾ ਬਣਾਇਆ ਸੀ, ਜਿਹਦੇ ਮਤਲਬ ਇਹ ਹੈ ਕਿ ਕਿਹੜੇ ਕਾਰਪੋਰੇਟ ਸੈਕਟਰ ਤੋਂ ਕਿਹੜੀ ਪਾਰਟੀ ਕਿੰਨਾ ਪੈਸਾ ਲੈਂਦੀ ਹੈ, ਕਿਹੜਾ ਬੌਂਡ ਲੈਂਦੀ ਹੈ, ਉਹਦਾ ਕੋਈ ਹਿਸਾਬ ਹੀ ਨਹੀਂ ਦੱਸਣਾ। ਜਦੋਂ ਇਹ ਕਾਨੂੰਨ ਬਣਾਇਆ ਸੀ ਉਦੋਂ ਹੀ ਇਹਦੀ ਨੀਂਹ ਰੱਖੀ ਜਾ ਚੁੱਕੀ ਸੀ, ਤੇ ਬਿਹਾਰ ਇਲੈਕਸ਼ਨ ਦੇ ਵਿੱਚ ਠੀਕ ਉਹੀ ਹੋਇਆ। ਜੇ ਉਹ BJP ਚਾਹੁੰਦੀ ਹੈ ਕਿ ਇਹ ਆਰੋਪ ਹੈ ਤੇ ਉਹ ਦੱਸ ਦੇਵੇ ਕਿ ਕਿੰਨੇ ਬੌਂਡ ਕਿਹਦੇ ਕੋਲੋਂ ਲੈ ਗਏ, ਕਿੱਥੋਂ ਆਏ, ਕਿ ਬਿਹਾਰ ਦੇ ਵਿੱਚ ਇੰਨਾ ਪੈਸਾ ਆਇਆ ਕਿ ਬੰਬੇ ਤੋਂ ਪੈਸਾ ਆਇਆ। ਇਸ ਕਰਕੇ ਜਿਹੜੀ ਸਰਕਾਰ ਕਾਰਪੋਰੇਟ ਦੇ ਦਬਾਅ ਦੇ ਵਿੱਚ ਹੈ, ਜਿਹੜਾ ਕਾਰਪੋਰੇਟ ਨੂੰ ਫਾਇਦਾ ਪਹੁੰਚਾਉਣ ਦੀ ਸਥਿਤੀ ਗੱਲ ਕਰ ਰਹੀ ਹੈ, ਤੇ ਖੇਤੀ ਕਿਸਾਨੀ ਨੂੰ ਉਜਾੜਨ ਦੀ ਜਿਹੜੀ ਸਾਲਾਂ ਸਾਲ ਤੋਂ ਲਗਾਤਾਰ ਸਰਕਾਰਾਂ ਕਰ ਰਹੀਆਂ ਸੀ, ਇਹ ਸਰਕਾਰ ਨੇ ਉਹਨੂੰ ਤੇਜ਼ੀ ਨਾਲ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕਿਸਾਨ ਅੰਦੋਲਨ ਦੀ ਜਿਹੜੀ ਤਾਕਤ ਹੈ, ਜਿਹੜਾ ਹੁਣ ਕਿਸਾਨ ਅੰਦੋਲਨ ਨਹੀਂ ਹੁਣ ਜਨ ਅੰਦੋਲਨ ਬਣ ਚੁੱਕਿਆ ਹੈ, ਇਹਦੇ ਅੱਗੇ ਸਰਕਾਰ ਨੂੰ ਝੁਕਣਾ ਪੈਣਾ ਹੈ। ਅੱਜ ਚੁੱਕੇ ਕੱਲ ਚੁੱਕੇ, ਕਿਸਾਨ ਜਿਹੜਾ ਮਜ਼ਬੂਤੀ ਨਾਲ ਡਟਿਆ ਹੋਇਆ ਤੇ ਡਟਿਆ ਰਹੇਗਾ ਜਦੋਂ ਤੱਕ ਸਰਕਾਰ ਮੰਨ ਨਹੀਂ ਲੈਂਦੀ। ਚਲੋ ਮੈਂ ਇੱਕ ਛੋਟਾ ਬ੍ਰੇਕ ਲਊਂਗਾ, ਹਰਦੀਪ ਸਿੰਘ ਵਾਪਸ ਆ ਰਿਹਾ ਤੁਹਾਡੇ ਕੋਲ, ਇੱਕ ਛੋਟਾ ਬ੍ਰੇਕ ਲੈ ਕੇ ਵਾਪਸ ਆਵਾਂਗੇ। ਪੰਜਾਬ ਤੋਂ ਦਿੱਲੀ ਤੱਕ ਸਿਆਸਤ ਦਾ ਟਾਰਗੇਟ ਕੀ ਹੈ, ਕਿਉਂਕਿ ਪੰਜਾਬ ਵਿੱਚ ਲਗਾਤਾਰ ਬਿਆਨਬਾਜ਼ੀਆਂ ਹੋ ਰਹੀਆਂ, ਅਤੇ ਜਦੋਂ ਮੁੱਖ ਮੰਤਰੀ ਨੂੰ ਰਾਜਪਾਲ ਦੇ ਖਿਲਾਫ਼ ਬਿਆਨ ਦੇਣਾ ਪੈ ਜਾਵੇ, ਅਤੇ ਜਦੋਂ ਇੱਥੇ ਭਾਰਤੀ ਜਨਤਾ ਪਾਰਟੀ, ਸ਼੍ਰੋਮਣੀ ਅਕਾਲੀ ਦਲ ਜਦੋਂ ਸੂਬਾ ਸਰਕਾਰ 'ਤੇ ਸਵਾਲ ਖੜ੍ਹਾ ਕਰ ਦੇਵੇ, ਤਾਂ ਫਿਰ ਬਹੁਤ ਸਾਰੇ ਸਵਾਲ ਉੱਠਦੇ। ਵਾਪਸ ਆ ਕੇ ਪੁੱਛੂੰਗਾ ਜੀ। ਸੱਤ ਦੌਰ ਦੀਆਂ ਬੈਠਕਾਂ ਤੋਂ ਬਾਅਦ ਕਿਸਾਨਾਂ ਅਤੇ ਸਰਕਾਰ ਵਿੱਚ ਯਕੀਨ ਕਿੱਥੇ ਖੜਾ? ਜਗਤਾਰ ਸਿੰਘ, ਜਿਹੜਾ ਜਿਸ ਤਰੀਕੇ ਨਾਲ ਪੰਜਾਬ ਵਿੱਚ ਬਿਆਨਬਾਜ਼ੀਆਂ ਹੋ ਰਹੀਆਂ, ਮੁੱਖ ਮੰਤਰੀ ਨੂੰ ਬਿਆਨ ਦੇਣੇ ਪੈ ਰਹੇ ਆ ਗਵਰਨਰ ਦੇ ਖਿਲਾਫ਼, ਇੱਥੋਂ ਤੱਕ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਬਿਆਨ ਦਿੱਤੇ ਆ, ਮੇਰਾ ਸਵਾਲ ਹੈ ਜਗਤਾਰ ਸਿੰਘ, ਜਿਹੜਾ ਇਹੋ ਜਿਹੀ ਕਾਰਵਾਈ ਹੋ ਸਕਦੀ ਹੈ ਪੰਜਾਬ ਵਿੱਚ ਕਾਨੂੰਨ ਵਿਵਸਥਾ ਦਾ ਨਾਮ ਲੈ ਕੇ ਰਾਸ਼ਟਰਪਤੀ ਰਾਜਪਾਲੀ, ਇਹੋ ਜਿਹੀ ਕਾਰਵਾਈ ਹੋ ਸਕਦੀ ਹੈ ਜਗਤਾਰ ਸਿੰਘ? ਇੱਦਾਂ ਦੀ ਕੋਈ ਗੱਲ ਨਹੀਂ ਹੈ, ਅੰਦਰ ਖਾਤੇ ਭਾਰਤੀ ਜਨਤਾ ਪਾਰਟੀ ਤੇ ਕੈਪਟਨ ਅਮਰਿੰਦਰ ਸਿੰਘ ਇੱਕ ਨੇ, ਮਤਲਬ ਐਜ਼ ਫਾਰ ਐਜ਼ ਭਾਰਤੀ ਜਨਤਾ ਪਾਰਟੀ ਬਿਲਕੁਲ ਸਾਹਮਣੇ ਹੈ। ਇਹ ਡਾਇਰੈਕਟਲੀ ਇਨਡਾਇਰੈਕਟਲੀ ਕਾਂਗਰਸ ਪਾਰਟੀ ਜਿਹੜੀ ਆ MNC ਦੇ ਨਾਲ ਜਿਹੜੀ ਉਹ ਗਵਰਨਰ ਦੇ ਖਿਲਾਫ਼ ਬਿਆਨ ਦੇ ਰਹੇ ਨੇ ਨਾ, ਇਹ ਆਪ ਵੀ ਤਾਂ ਪਹਿਲਾਂ ਵੀ ਤਾਂ ਇੱਦਾਂ ਹੀ ਹੁੰਦਾ ਰਿਹਾ ਆ, ਜਦੋਂ ਇਹ ਆਪ ਕੇਂਦਰ ਸਰਕਾਰ 'ਚ ਹੁੰਦੇ ਸੀ ਉਦੋਂ ਇੱਦਾਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ। ਟੈਕਨੀਕਲੀ ਗੱਲ ਉਹਨਾਂ ਦੀ ਭਾਵੇਂ ਸਹੀ ਹੈ ਕਿ ਆਫਿਸਰ ਨੂੰ ਸੰਮਨ ਕਰਨ ਦੀ ਬਜਾਏ ਪ੍ਰੋਟੋਕੋਲ ਹੁੰਦਾ ਕਿ ਕਿੰਗਰਾ ਜੀ ਆਪ ਖੁਦ ਸਰਕਾਰ 'ਚ ਰਹੇ ਆ, ਤੇ ਉਹ ਮਤਲਬ ਥਰੂ ਪ੍ਰੋਪਰ ਚੈਨਲ ਹੀ ਗੱਲਬਾਤ ਹੋਵੇ ਤਾਂ ਬੈਟਰ ਹੁੰਦੀ ਆ, ਬਟ ਦਿਸ ਇਜ਼ ਨੋਟ ਅ ਬਿਗ ਡੀਲ।
ਸੋ ਇਹ ਕੋਈ ਐਡੀ ਗੱਲ ਨਹੀਂ ਹੈ ਦਿਖਾਵਾ ਆ ਸਾਰਾ ਇਹ ਨਹੀਂ ਨਹੀਂ ਸਗੇੜਾ ਸਾਹਿਬ ਜਿਸ ਤਰੀਕੇ ਨਾਲ ਭਾਜਪਾ ਆਗੂਆਂ ਦਾ ਘਰਾਓ ਕੀਤਾ ਜਾ ਰਿਹਾ ਗੋਆ ਸੁੱਟਣ ਵਾਲੀ ਕਾਰਵਾਈ ਹੋਈ ਹੈ ਟਾਵਰ ਤੋੜਨ ਵਾਲੀ ਕਾਰਵਾਈ ਹੋ ਰਹੀ ਹੈ ਉਸ ਨੂੰ ਪੂਰੇ ਨੂੰ ਉਸ ਸੰਦਰਭ ਨੂੰ ਪੂਰੇ ਨੂੰ ਹਵਾਲਾ ਬਣਾ ਕੇ ਕਿ ਕਾਨੂੰਨ ਵਿਵਸਥਾ ਦੇ ਨਾਂ 'ਤੇ ਪੰਜਾਬ ਵਿੱਚ ਕੋਈ ਰਾਸ਼ਟਰਪਤੀ ਰਾਜ ਵਾਲੀ ਗੱਲ ਹੋ ਸਕਦੀ ਹੈ ਜਾਂ ਸਿਰਫ ਇਹ ਰਾਜਨੀਤੀ ਹੈ ਦੇਖੋ ਵੈਸੇ ਤਾਂ ਕੇਂਦਰ ਦੇ ਹੱਥ ਸਾਰਾ ਕੁਛ ਹੁੰਦਾ ਪਰ ਇਹ ਰਾਜਨੀਤੀ ਹੈ ਗੋਹਾ ਸੁੱਟਣ ਦੀ ਗੱਲ ਜਿਹੜੀ ਮੈਂ ਤੁਹਾਨੂੰ ਦੱਸਾਂ ਜਸਟ ਮੈਨੂੰ ਇੱਕ ਮਿੰਟ ਦੇ ਦਿਓ ਹੁਣ ਇਹ ਭਾਰਤੀ ਜਨਤਾ ਪਾਰਟੀ ਵਾਲੇ ਮਤਲਬ ਲੋਕਾਂ ਦੇ ਘਰ 'ਚ ਅਫੀਸ਼ੀਅਲ ਦੇ ਜਾਂ ਕਿਸੇ ਹੋਰ ਦੇ ਕੂੜਾ ਸੁੱਟਣ ਜਾਂਦੇ ਰਹੇ ਆ ਵਿਰੋਧ ਕਰਨ ਲਈ ਜੇ ਕਿਸੇ ਨੇ ਵਿਰੋਧ ਦੇ ਵੱਲੋਂ ਸੁੱਟ ਦਿੱਤਾ ਤੇ ਧਾਰਾ ਦੇ ਮੁਕੱਦਮੇ ਪਤਾ ਕਿਹੜੇ ਇੱਕ 307 ਇੱਕ ਪਤਾ ਨਹੀਂ 452 ਗੁਲਾਰਾ ਜੀ ਨੂੰ ਜ਼ਿਆਦਾ ਪਤਾ ਹੈ ਨੋਨ ਅਵੇਲੇਬਲ ਧਰਾਵਾਂ ਨੇ ਦੋਨੇ ਹੀ ਸੋ ਉਹਨਾਂ ਦੇ ਇਹ ਪਰਚੇ ਦਰਜ ਹੋ ਰਹੇ ਆ ਤੋ ਕੈਪਟਨ ਦੀ ਸਰਕਾਰ ਨਹੀਂ ਕੀਤੇ ਆ ਕੈਪਟਨ ਦੀ ਪੁਲਿਸ ਨਹੀਂ ਕੀਤੇ ਆ ਸੋ ਇਹ ਸਾਰਾ ਕੁਛ ਰਲ ਮਿਲ ਕੇ ਹੋ ਰਿਹਾ ਆ ਇਹ ਕੋਈ ਏਦਾਂ ਦੀ ਗੱਲ ਨਹੀਂ ਨਾਲੇ ਭਾਰਤੀ ਜਨਤਾ ਪਾਰਟੀ ਵਾਲਿਆਂ ਦਾ ਜਿਹੜਾ ਵਿਰੋਧ ਹੋ ਰਿਹਾ ਇਹ ਜਾਣ ਕੇ ਪ੍ਰਵੋਕ ਕਰ ਰਹੇ ਆ ਲੋਕਾਂ ਨੂੰ ਇੰਨੇ ਗੰਦੇ ਬਿਆਨ ਦੇਣੇ ਅੰਦੋਲਨ ਦੇ ਵਿਰੁੱਧ ਕਿਸਾਨਾਂ ਦੇ ਵਿਰੁੱਧ ਇਹ ਬਿਲਕੁਲ ਅਣਮਨੁੱਖੀ ਗੱਲਾਂ ਕਰ ਰਹੇ ਆ ਲੋਕਾਂ ਨੇ ਵਿਰੋਧ ਇਹਨਾਂ ਦਾ ਕਰਨਾ ਹੀ ਆ ਠੀਕ ਹੈ ਸਰ ਪ੍ਰਵੋਕ ਕਰ ਰਹੇ ਤਾਂ ਕਿ ਕਿਸਾਨ ਜਥੇਬੰਦੀ ਕੋਈ ਗਲਤੀ ਕਰੇ ਸਿੰਗੜਾ ਸਰ ਠੀਕ ਹੈ ਕਿੰਗਰਾ ਸਾਹਿਬ ਤੁਹਾਡੇ ਲੀਡਰ ਇਹ ਬਿਆਨ ਕਿਉਂ ਦੇ ਰਹੇ ਆ ਸਰ ਰਾਸ਼ਟਰਪਤੀ ਰਾਜ ਵਾਲੇ ਦੇਖੋ ਮੈਂ ਤੁਹਾਨੂੰ ਕੇਪੀ ਜੇ ਤੁਹਾਨੂੰ ਯਾਦ ਹੋਵੇ ਬਹੁਤ ਪੁਰਾਣੀ ਮੇਰੀ ਜਿਹੜੀ ਡਿਬੇਟ ਹੈ ਮੈਂ ਉਹਦੇ 'ਚ ਵੀ ਕਿਹਾ ਸੀਗਾ ਕਿ ਕਾਂਗਰਸ ਪਾਰਟੀ ਦਾ ਜਿਹੜਾ ਸਰਕਾਰ ਹੈ ਨਾ ਪੰਜਾਬ ਦੇ ਵਿੱਚ ਉਹ ਕੇਂਦਰ ਦੇ ਵਿੱਚ ਬੀਜੇਪੀ ਦੀ ਸਰਕਾਰ ਨੂੰ ਚੁਭਦੀ ਹੈ ਨਾਰਥ ਇੰਡੀਆ ਦੇ ਵਿੱਚ ਔਰ ਉਹ ਜਿਹੜਾ ਚੁਭਣ ਹੈ ਨਾ ਉਹਦਾ ਉਹ ਉਸੇ ਦੇ ਮੈਂ ਤੁਹਾਨੂੰ ਕਿਹਾ ਸੀਗਾ ਕਿ ਰਾਸ਼ਟਰਪਤੀ ਰਾਜ ਲਾਗੂ ਕਰਨ ਦੇ ਹਾਲਾਤ ਜਿਹੜੇ ਆ ਪੰਜਾਬ ਦੇ ਵਿੱਚ ਕ੍ਰੀਏਟ ਕੀਤੇ ਜਾਣਗੇ ਤੁਸੀਂ ਮੈਂ ਤੁਹਾਨੂੰ ਡਿਬੇਟ ਭੇਜ ਦੂੰਗਾ ਮੈਨੂੰ ਯਾਦ ਹੈ ਹਰਦੀਪ ਸਿੰਘ ਗਰੇ ਮੈਨੂੰ ਯਾਦ ਹੈ ਪਹਿਲਾਂ ਡਿਬੇਟ ਹੋਈ ਸੀ ਮੈਨੂੰ ਯਾਦ ਹੈ ਹਰਦੀਪ ਸਿੰਘ ਗਰੇ ਮੈਨੂੰ ਯਾਦ ਹੈ ਐਜੀਟੇਸ਼ਨ ਸ਼ੁਰੂ ਹੋਈ ਹੈ ਇਹਨਾਂ ਕਾਨੂੰਨਾਂ ਦੇ ਉੱਤੇ ਜਦੋਂ ਬਹਿਸ ਸ਼ੁਰੂ ਹੋਈ ਹੈ ਉਹਨਾਂ ਦਿਨਾਂ 'ਚ ਕਿਹਾ ਸੀਗਾ ਕਿ ਕੇਂਦਰ ਸਰਕਾਰ ਜਿਹੜੀ ਹੈ ਉਹ ਪੰਜਾਬ ਸਰਕਾਰ ਉਹਨਾਂ ਦੀ ਅੱਖ ਚੁਭਦੀ ਹੈ ਨਹੀਂ ਤੁਹਾਨੂੰ ਇੱਕ ਪਾਸੇ ਤਾਂ ਆਮ ਆਦਮੀ ਪਾਰਟੀ ਕਹਿ ਰਹੀ ਹੈ ਵੀ ਤੁਸੀਂ ਰਲਿਓ ਹੋਏ ਉਹਨਾਂ ਨਾਲ ਇੱਕ ਮਿੰਟ ਹਰਦੀਪ ਸਿੰਘ ਗਿੰਗਰਾ ਸਰ ਸੁਣ ਲਓ ਸਵਾਲ ਸਰ ਸਵਾਲ ਸੁਣ ਲਓ ਸਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਚਾਰ ਬੰਦੇ ਜਿਤਾਤੇ ਤੇ ਨਾਲੇ ਜਿਤਾਤੇ ਸੀਗੇ ਕਾਂਗਰਸ ਦੇ ਹਰਦੀਪ ਸਿੰਘ ਗਿੰਗਰਾ ਆਮ ਆਦਮੀ ਪਾਰਟੀ ਕਹਿੰਦੀ ਹੈ ਬੀਜੇਪੀ ਦੇ ਤੁਸੀਂ ਰਲੇ ਹੋਏ ਹੋ ਸਰ ਇਹਦਾ ਮਤਲਬ ਕੀ ਹੁੰਦਾ ਫਿਰ ਦੇਖੋ ਯਾਰ ਕੇਪੀ ਆਮ ਆਦਮੀ ਪਾਰਟੀ ਦਾ ਨਾ ਮੈਂ ਤਾਂ ਕੋਈ ਇਹਨਾਂ ਦੇ ਬਿਆਨ ਨੂੰ ਕਿਸੇ ਪਾਸੇ ਨਹੀਂ ਨਹੀਂ ਦੇਖੋ ਕੇਪੀ ਮੈਂ ਨਾ ਆਮ ਆਦਮੀ ਪਾਰਟੀ ਦੇ ਕਿਸੇ ਵੀ ਬਿਆਨ ਨੂੰ ਜਾਂ ਇਹਨਾਂ ਦੇ ਪ੍ਰਧਾਨ ਦੇ ਬਿਆਨ ਨੂੰ ਕੋਈ ਤਵੱਜੋ ਨਹੀਂ ਦਿੰਦਾ ਇਹਨਾਂ ਨੂੰ ਤਾਂ ਝੂਠ ਬੋਲਣ ਦੀ ਆਦਤ ਹੈ ਜਵਾਕਾਂ ਦੇ ਸਿਰ ਤੇ ਹੱਥ ਧਰ ਕੇ ਸਹੁੰ ਖਾ ਲੈਂਦੇ ਕਹਿੰਦੇ ਅਸੀਂ ਕਾਂਗਰਸ ਤੋਂ ਕੁਛ ਨਹੀਂ ਲੈਣਾ ਮੁੜ ਕੇ ਸਾਡੀ ਸਹਾਇਤਾ ਨਾਲ ਸਰਕਾਰ ਬਣਾਉਂਦੇ ਆ ਤੇ ਯਾਰ ਇਹਨਾਂ ਦਾ ਕੀ ਇਤਬਾਰ ਕਰੋਗੇ ਪੈਰ ਪੈਰ ਤੇ ਮੁੱਕਰ ਜਾਂਦਾ ਇਹਨਾਂ ਦਾ ਜਿਹੜਾ ਵੱਡਾ ਲੀਡਰ ਹੈ ਇੱਥੇ ਕਹਿੰਦਾ ਕਿ ਸਤਲੁਜ ਯਮੁਨਾ ਲਿੰਕ ਨਹਿਰ ਨਹੀਂ ਬਣਨੀ ਚਾਹੀਦੀ ਉੱਥੇ ਜਾ ਕੇ ਸ਼ੰਭੂ ਬਾਰਡਰ ਤੇ ਕਹਿੰਦਾ ਕਿ ਇਹ ਹਰਿਆਣੇ ਦਾ ਹੱਕ ਹੈ ਯਾਰ ਇਹਨਾਂ ਦਾ ਇਤਬਾਰ ਕੋਈ ਨਹੀਂ ਗਾ ਇਹਨਾਂ ਦਾ ਜਿਹੜਾ ਲੀਡਰ ਹੈ ਪੰਜਾਬ ਦਾ ਪ੍ਰਧਾਨ ਹੈ ਉਹਦਾ ਵੀ ਕੋਈ ਇਤਬਾਰ ਨਹੀਂ ਗਾ ਜੋ ਮਰਜ਼ੀ ਬੋਲੀ ਜਾਂਦਾ ਉਹਨੇ ਤਾਂ ਬਣਾ ਰੱਖੀ ਹੈ ਕਾਮੇਡੀ ਸਿਆਸਤ ਸਿਆਸਤ ਕੋਈ ਕਾਮੇਡੀ ਥੋੜੀ ਹੈ ਇਹ ਬੜਾ ਸੀਰੀਅਸ ਬਿਜ਼ਨਸ ਹੈ ਚਲੋ ਠੀਕ ਹੈ ਹੁਣ ਦੋ ਤਿੰਨ ਮਿੰਟ ਮੈਂ ਠੀਕ ਹੈ ਸਰ ਬਿਆਨਾਂ ਨੂੰ ਬਹੁਤ ਤਵੱਜੋ ਨਾਲ ਦਿਆ ਕਰੋ ਠੀਕ ਹੈ ਦੇਖੋ ਇਹਨਾਂ ਨਾਲ ਰਿਹਾ ਕੌਣ ਹੈ ਨਾ ਤਾਂ ਜੁਗਿੰਦਰ ਯਾਦਵ ਇਹਨਾਂ ਨਾਲ ਰਿਹਾ ਨਾ ਪ੍ਰਸ਼ਾਂਤ ਭੂਸ਼ਣ ਰਿਹਾ ਨਾ ਗਾਂਧੀ ਰਿਹਾ ਪੜ੍ਹਿਆ ਲਿਖਿਆ ਬੰਦਾ ਤਾਂ ਰਿਹਾ ਹੀ ਕੋਈ ਨਹੀਂ ਇਹਨਾਂ ਦੇ ਨਾਲ ਸਾਰੇ ਇਹਨਾਂ ਨੇ ਇਕੱਠੇ ਕਰਨੇ ਕਾਮੇਡੀਅਨ ਤੇ ਉਹ ਕਾਮੇਡੀਅਨ ਬਿਆਨ ਦਿੰਦੇ ਰਹਿੰਦੇ ਡੇਂਜਰ ਸਾਨੂੰ ਕੋਈ ਫਰਕ ਨਹੀਂ ਪੈਂਦਾ ਠੀਕ ਠੀਕ ਹੁਣ ਇਹਨਾਂ ਨੂੰ ਜਵਾਬ ਨਹੀਂ ਆਇਆ ਕਿ ਕੈਪਟਨ ਅਮਰਿੰਦਰ ਸਿੰਘ ਹੁਣੀ ਅਮਿਤ ਸ਼ਾਹ ਜੀ ਨੂੰ ਉਦੋਂ ਮਿਲ ਰਿਹਾ ਸੀ ਜਦੋਂ ਕਿਸਾਨਾਂ ਨਾਲ ਮੀਟਿੰਗ ਹੋ ਰਹੀ ਸੀ ਤੇ ਬਾਹਰ ਆ ਕੇ ਨੈਸ਼ਨਲ ਸਿਕਿਉਰਿਟੀ ਦਾ ਬਿਆਨ ਦਿੱਤਾ ਉਹਨਾਂ ਨੇ ਕਿਸਾਨਾਂ ਦੇ ਹੱਕ 'ਚ ਕੋਈ ਗੱਲ ਨਹੀਂ ਹੈ ਕੁਛ ਨਹੀਂ ਹੈ ਨਾ ਹੀ ਦੱਸਿਆ ਵੀ ਕੀ ਮਿਲਣ ਗਏ ਆ ਜਦੋਂ ਅਸੀਂ ਸਵਾਲ ਚੱਕਿਆ ਤਾਂ ਕੇਜਰੀਵਾਲ ਸਾਹਿਬ ਨੂੰ ਗਾਲਾਂ ਕੱਢਣ ਲੱਗ ਗਏ ਪੋਲੀਟੀਕਲ ਬਿਆਨਬਾਜ਼ੀਆਂ ਇੰਨੀਆਂ ਕੀ ਲੈਣੀਆਂ ਸੀ ਸਰ ਇੰਨੀਆਂ ਕੀ ਲੈਣੀਆਂ ਸੀ ਜ਼ਿਆਦਾ ਨਹੀਂ ਸਰ ਆਪਾਂ ਕਿਸਾਨ ਦੇ ਮੁੱਦੇ ਤੇ ਫੋਕਸ ਕਰ ਰਹੇ ਨਹੀਂ ਸਰ ਜ਼ਿਆਦਾ ਨਹੀਂ ਜਾਣਾ ਸਰ ਆਪਾਂ ਪੋਲੀਟੀਕਲ ਬਿਆਨਬਾਜ਼ੀ ਜ਼ਿਆਦਾ ਨਹੀਂ ਜਾਣਾ ਰਜੀਵ ਗਾਰਾ ਇੱਕ ਵਾਰ ਪਲੀਜ਼ ਸੰਗੜਾ ਸਾਹਿਬ ਇੱਦਾਂ ਨਾ ਕਰਿਆ ਕਰੋ ਇੱਕ ਪਲੀਜ਼ ਗੁਦਾਰਾ ਸਾਹਿਬ ਨੂੰ ਦੋ ਤਿੰਨ ਮਿੰਟ ਮੈਂ ਦੇਣੇ ਆ ਫਿਰ ਡਿਬੇਟ ਸਮਾਪਤ ਕਰਨੀ ਹੈ ਰਜੀਵ ਗਾਰਾ ਇੱਕ ਵਾਰ ਪਲੀਜ਼ ਹਰਦੀਪ ਸਿੰਘ ਗਿੰਗਰਾ ਪਲੀਜ਼ ਇੱਕ ਵਾਰ ਪਲੀਜ਼ ਰਜੀਵ ਗਾਰਾ ਜੀ ਸਰ ਹੁਣ ਮੈਂ ਯਕੀਨ ਵਾਲਾ ਸਵਾਲ ਤੁਹਾਨੂੰ ਪੁੱਛਣਾ ਚਾਹੁੰਦਾ ਕੇਂਦਰ ਸਰਕਾਰ ਤੇ ਕਿਸਾਨ ਜਥੇਬੰਦੀਆਂ ਵਿਚਾਲੇ ਯਕੀਨ ਕਿੱਥੇ ਖੜਾ ਵਿਸ਼ਵਾਸ ਕਿੱਥੇ ਖੜਾ ਭਰੋਸਾ ਕਿੱਥੇ ਖੜਾ ਅਰਜੀਵ ਗਾਰਾ ਸਵਾਲ ਨਹੀਂ ਲੈਂਦਾ ਸਰ ਮੈਨੂੰ ਪਤਾ ਤੁਸੀਂ ਡਿਬੇਟ ਨੂੰ ਭੜਕਾ ਦੇਣਾ ਹਾਂਜੀ ਗੁਦਾਰਾ ਸਾਹਿਬ ਬੋਲੋ
ਕੇਂਦਰ ਸਰਕਾਰ ਪਹਿਲੇ ਦਿਨ ਤੋਂ ਜਿਸ ਤਰ੍ਹਾਂ ਆਰਡੀਨੈਂਸ ਲੈ ਕੇ ਆਈ, ਫਿਰ ਰਾਜ ਸਭਾ ਦੇ ਜਿਸ ਤਰ੍ਹਾਂ ਬਹਿਸ ਨੂੰ ਖਤਮ ਕੀਤਾ ਗਿਆ, ਕਮੇਟੀਆਂ ਕੋਲ ਮਾਮਲਾ ਨਹੀਂ ਭੇਜਿਆ ਗਿਆ ਸਿਲੈਕਸ਼ਨ ਕਮੇਟੀ ਵਗੈਰਾ ਕੋਲ, ਤੇ ਇਸ ਅੰਦੋਲਨ ਸ਼ੁਰੂ ਹੋਣ ਤੋਂ ਬਾਅਦ ਵੀ ਸਰਕਾਰ ਨੇ ਜਿਸ ਤਰ੍ਹਾਂ ਦੇ ਪੈਂਤਰੇ ਚਲਾਏ ਨੇ, ਜਿਸ ਤਰ੍ਹਾਂ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ, ਤੋੜਨ ਦੀ ਕੋਸ਼ਿਸ਼ ਕੀਤੀ, ਥਕਾ ਦੇਣ ਦੀ ਕੋਸ਼ਿਸ਼ ਕੀਤੀ, ਉਸ ਤੋਂ ਬਿਲਕੁਲ ਸਾਫ਼ ਹੈ ਕਿ ਸਰਕਾਰ ਯਕੀਨਯੋਗ ਹੈ ਨਹੀਂ, ਸਰਕਾਰ ਨੇ ਕੋਈ ਯਕੀਨ ਵਾਲੀ ਗੱਲ ਨਹੀਂ ਕੀਤੀ। ਤੁਸੀਂ ਅੱਜ ਇੱਕ ਆਗੂ ਨੇ ਬਾਹਰ ਆ ਕੇ ਗੱਲ ਸੀ ਕਿਹਾ ਕਿ ਸਰਕਾਰ ਨੇ ਕਿਹਾ ਕਿ ਅਸੀਂ ਰੱਦ ਕਰਨ ਵਾਲੇ ਤੇ ਸਾਨੂੰ ਫਿਰ ਬਾਕੀ ਕਿਸਾਨ ਯੂਨੀਅਨਾਂ ਨਾਲ ਵੀ ਗੱਲ ਕਰਨੀ ਹੋਏਗੀ। ਕਿਹੜੀ ਕਿਸਾਨ ਯੂਨੀਅਨਾਂ? ਉਹੀ ਹੋਣੀ ਆ ਜਿਹਨਾਂ ਨੂੰ ਖੜਾ ਕੀਤਾ ਸੀ। ਪਰ ਇਸ ਤੋਂ ਇਲਾਵਾ ਅੱਜ ਤੱਕ ਉਹ ਕਿਸਾਨ ਕਹਿੰਦੇ ਨੇ ਤੁਸੀਂ ਕਾਨੂੰਨ ਰਿਪੀਲ ਕਰੋ, ਸਰਕਾਰ ਨੇ ਇੱਕ ਦਿਨ ਇਹ ਨਹੀਂ ਕਿਹਾ ਹਾਂ ਅਸੀਂ ਰਿਪੀਲ ਕਿਉਂ ਹੋਣੇ ਚਾਹੀਦੇ ਨੇ, ਕਿਉਂ ਨਹੀਂ ਹੋਣੇ ਚਾਹੀਦੇ, ਆਓ ਬਹਿ ਕੇ ਇਸ ਬਾਰੇ ਗੱਲ ਕਰਾਂਗੇ। ਜੇ ਸਰਕਾਰ ਇਹ ਘੱਟੋ ਘੱਟ ਗੱਲ ਕਰੇ ਤੇ ਯਕੀਨ ਦੀ ਗੱਲ ਬਣਦੀ ਹੈ। ਫਿਰ ਸਰਕਾਰ ਕੀ ਕਰਦੀ ਹੈ? ਸਰਕਾਰ ਆਪਦੇ ਸਾਰੇ ਮੀਡੀਆ ਨੂੰ ਜਿਹੜੇ ਉਹਦੇ ਕਾਬੂ 'ਚ ਹੈ ਉਹਨਾਂ ਨੂੰ ਡਰਾ ਕੇ ਧਮਕਾ ਕੇ ਲਾਲਚ ਦੇ ਕੇ ਇਹ ਚਲਵਾਉਂਦੀ ਹੈ ਕਿ ਕਿਸਾਨ ਗੱਲਬਾਤ ਨਹੀਂ ਕਰਨਾ ਚਾਹੁੰਦਾ। ਤੁਸੀਂ ਕਿੰਨੇ ਟੀਵੀ ਡਿਬੇਟਸ ਦੇਖੋਗੇ ਜਿਹੜੇ ਚੈਨਲ ਵਾਰ ਵਾਰ ਕਹਿੰਦੇ ਨੇ ਕਿਸਾਨ ਨਾ ਸਰਕਾਰ ਦੇ ਸੁਣਦੇ ਨੇ ਨਾ ਸੁਪਰੀਮ ਕੋਰਟ ਦੀ ਸੁਣਦੇ ਨੇ, ਕਿਸੇ ਦੀ ਸੁਣਦੇ ਨਹੀਂ, ਬਿਲਕੁਲ ਅਰਾਜਕ ਹੋ ਗਏ ਨੇ, ਇਸ ਤਰ੍ਹਾਂ ਦਾ ਪ੍ਰਚਾਰ ਵੀ ਕਰ ਰਹੀ ਹੈ। ਇਸ ਕਰਕੇ ਸਰਕਾਰ ਉੱਤੇ ਯਕੀਨ ਨਹੀਂ ਕੀਤਾ ਜਾ ਸਕਦਾ। ਪਰ ਇਸ ਦੇਸ਼ ਦੀ ਸਰਕਾਰ, ਇਸ ਦੇਸ਼ ਦਾ ਜਿਹੜਾ ਸੰਵਿਧਾਨ ਹੈ, ਕਿਸਾਨ ਜਥੇਬੰਦੀਆਂ ਨੂੰ ਉਹ ਤੇ ਵਿਸ਼ਵਾਸ ਹੈ, ਉਸ ਲੋਕਤੰਤਰ ਦੀ ਭਾਵਨਾ ਵਿਚਾਰ ਤੇ ਵਿਸ਼ਵਾਸ ਹੈ। ਇਸ ਕਰਕੇ ਉਹ ਕਹਿੰਦੇ ਨੇ ਇਹ ਮੌਜੂਦਾ ਸਰਕਾਰ ਹੈ, ਜਦੋਂ ਵੀ ਜਿੰਨੀ ਗੱਲ ਕਰਨ ਵਾਸਤੇ ਕਹੇਗੀ ਅਸੀਂ ਕਰਾਂਗੇ। ਜਦੋਂ ਉਹਨਾਂ ਨੇ ਕਿਹਾ ਕਿ ਤੁਸੀਂ ਏਜੰਡਾ ਦੱਸੋ, ਕਿਸਾਨ ਜਥੇਬੰਦੀਆਂ ਨੇ ਆਗੂਆਂ ਨੇ ਏਜੰਡਾ ਵੀ ਦੱਸਿਆ, ਇਹ ਵੀ ਦੱਸਿਆ ਕਿ ਏਜੰਡੇ ਤੇ ਕਿਹੜੇ ਕ੍ਰਮ ਚ ਗੱਲ ਹੋਏਗੀ, ਬਿਲਕੁਲ ਸਪਸ਼ਟ ਕਹਿ ਕੇ ਕੀਤਾ। ਹੁਣ ਸਰਕਾਰ ਉਸ ਤੋਂ ਵੀ ਭੱਜਣ ਦੀ ਕੋਸ਼ਿਸ਼ ਕਰ ਰਹੀ ਹੈ। ਜਿਵੇਂ ਤੁਸੀਂ ਠੀਕ ਕਿਹਾ ਸੀ, ਉਹਨਾਂ ਨੇ ਪਹਿਲਾਂ ਦੋ ਗੱਲਾਂ ਬਾਰੇ ਕਹਿ ਕੇ ਕਿ ਅਸੀਂ ਜਿਹੜੀ ਬਿਲਕੁਲ ਤੀਜੇ ਚੌਥੇ ਨੰਬਰ ਦੀਆਂ ਸੀਗੀਆਂ, ਉਹਦਾ ਮਤਲਬ 50% ਨਹੀਂ ਸੀਗੀਆਂ ਕ੍ਰਮ ਦੇ ਵਿੱਚ। ਪਹਿਲੇ ਨੰਬਰ ਤੇ ਤਿੰਨ ਕਾਨੂੰਨ ਰੱਦ ਕਰਨਾ, ਦੂਜੇ MSP ਤੇ ਖਰੀਦ ਦੀ ਕਾਨੂੰਨੀ ਗਾਰੰਟੀ ਦੇਣਾ, ਫਿਰ ਪਰਾਲੀ ਵਾਲਾ ਕਾਨੂੰਨ ਤੇ ਬਿਜਲੀ ਵਾਲਾ ਕਾਨੂੰਨ ਦੀ ਗੱਲ ਸੀ, ਉਹਨਾਂ ਨੇ ਦੋਵਾਂ ਦੀ ਗੱਲ ਕਹੀ, ਅਸੀਂ ਇਹ ਮੰਨ ਲੈਂਦੇ ਹਾਂ। ਪਰ ਹਲੇ ਵੀ ਉਹਦਾ ਕੋਈ ਲਿਖਿਤ ਡਰਾਫਟ ਦੇਣ ਦੀ ਗੱਲ ਨਹੀਂ ਕੀਤੀ। ਸਰਕਾਰ ਦਾ ਅੱਡਾ ਵੱਡਾ ਇਦਾਰਾ ਹੈ, ਹੁਣ ਤੱਕ ਉਹਨਾਂ ਨੂੰ ਬਿਲਕੁਲ ਲਿਖ ਕੇ ਕਹਿ ਦੇਣਾ ਚਾਹੀਦਾ ਸੀ ਕਿ ਆਹ ਦੇਖੋ ਅਸੀਂ ਤੁਹਾਡੇ ਨਾਲ ਗੱਲ ਕੀਤੀ ਸੀ, ਐਗਰੀ ਕੀਤੇ ਸੀ, ਆਹ ਸਾਡਾ ਪ੍ਰਪੋਜ਼ਲ, ਆਹ ਸਾਡੀ ਗੱਲ, ਅਸੀਂ ਲਿਖ ਕੇ ਆਰਡਰ ਕਰਤਾ, ਤਾਂ ਕਿ ਵਿਸ਼ਵਾਸ ਦੀ ਬਾਹਰ ਨਹੀਂ ਆਉਂਦੀ। ਸਰਕਾਰ ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਸਰਕਾਰ ਆਪਦੀ ਜਿੱਦ ਤੇ ਵੀ ਅੜੀ ਹੈ, ਤੇ ਜਥੇਬੰਦੀਆਂ ਦੀ ਜਿਹੜੀ ਕਾਰਪੋਰੇਟ ਦੀ ਜਿਹੜੀ ਦਬਾਅ ਹੈ ਉਹਦੇ ਹੇਠ ਸਰਕਾਰ ਕੰਮ ਕਰ ਰਹੀ ਹੈ। ਹੇਠ ਵੀ ਨਹੀਂ, ਕੇਪੀ ਬਸ ਲਾਸਟ ਗੱਲ ਕਹਿਣਾ ਚਾਹੁੰਦਾ, ਲੱਗਦਾ ਹੈ ਸਰਕਾਰ ਦਾ ਪੂਰਾ ਏਜੰਡਾ ਹੀ ਕਾਰਪੋਰੇਟ ਨੂੰ ਉੱਚਾ ਉਠਾਉਣਾ, ਕਾਰਪੋਰੇਟ ਦੀ ਜੇਬਾਂ ਭਰ ਦੇਣਾ, ਕਿਸਾਨੀ ਖੇਤੀ ਨੂੰ ਲੁੱਟ ਲੈਣਾ, ਖਤਮ ਕਰ ਦੇਣਾ, ਇਹ ਸਰਕਾਰ ਦਾ ਏਜੰਡਾ, ਉਸੇ ਦੇ ਮੁਤਾਬਿਕ ਚੱਲ ਰਹੀ ਹੈ। ਚਲੋ ਬਹੁਤ ਧੰਨਵਾਦ ਜੀ ਗੁਜ਼ਾਰਾ ਤੁਹਾਡਾ, ਹਰਦੀਪ ਕਿੰਗਰਾ ਤੁਹਾਡਾ ਬਹੁਤ ਧੰਨਵਾਦ, ਜਗਤਾਰ ਸਿੰਘ ਦਾ ਤੁਹਾਡਾ ਬਹੁਤ ਧੰਨਵਾਦ। ਹਰਜੀਵ ਗੁਜ਼ਾਰਾ ਹੋਰਾਂ ਨੇ ਅਖੀਰ ਵਿੱਚ ਇਹ ਗੱਲ ਕਹੀ ਹੈ ਕਿ ਯਕੀਨ ਸਰਕਾਰ 'ਤੇ ਨਹੀਂ ਹੈਗਾ, ਪਰ ਕਿਸਾਨ ਜਥੇਬੰਦੀਆਂ ਨੂੰ ਯਕੀਨ ਸੰਵਿਧਾਨ 'ਤੇ ਹੈਗਾ, ਅਤੇ ਸੰਵਿਧਾਨ ਇਹ ਕਹਿੰਦਾ ਕਿ ਅੰਦੋਲਨ ਕਰਨਾ ਤੁਹਾਡਾ ਹੱਕ ਹੈ, ਸ਼ਾਂਤਮਈ ਅੰਦੋਲਨ ਕਰਨਾ ਤੁਹਾਡਾ ਹੱਕ ਹੈ, ਸਰਕਾਰ ਦੇ ਖਿਲਾਫ ਆਵਾਜ਼ ਚੁੱਕਣਾ ਤੁਹਾਡਾ ਹੱਕ ਹੈ, ਅਤੇ ਉਸ ਹੱਕ ਦੇ ਤਹਿਤ ਉੱਥੇ ਕਿਸਾਨ ਜਥੇਬੰਦੀਆਂ ਡਟੀਆਂ ਹੋਈਆਂ, ਅਤੇ ਉਹਨਾਂ ਦੀ ਜਿਹੜਾ ਅਗਵਾਈ ਹੈ ਉਸ ਦੇ ਵਿਚਾਲੇ ਲੋਕ ਹੈ ਜਿਹੜੇ ਜਨ ਅੰਦੋਲਨ ਦਾ ਰੂਪ ਹੈ ਜਿਹੜਾ ਉਹ ਧਾਰਨ ਕਰ ਚੁੱਕਿਆ। ਅਸੀਂ ਸਵਾਲ ਇਹ ਕੀਤਾ ਸੀ ਟਾਈਮ ਟਪਾਉਣ 'ਤੇ ਕਿਉਂ ਲੱਗੀ ਹੈ ਸਰਕਾਰ, ਟਾਈਮ ਟਪਾਉਣ ਦਾ ਮਤਲਬ ਇਹ ਹੁੰਦਾ ਕਿ ਇਹ ਦੇਖਿਆ ਜਾਵੇ ਕਿ ਠੰਡ, ਜਿਸ ਤਰੀਕੇ ਨਾਲ ਮੌਸਮ ਬਦਲ ਰਿਹਾ, ਜਿਸ ਤਰੀਕੇ ਨਾਲ ਮੀਂਹ ਪੈ ਰਿਹਾ, ਉਸ ਦੇ ਵਿਚਾਲੇ ਕਿ ਇਹ ਕਿਸਾਨ ਜਾਂ ਕਿਸਾਨ ਹਮਾਇਤੀ ਜਾਂ ਕਿਸਾਨ ਜਥੇਬੰਦੀਆਂ ਕਿਤੇ ਥੱਕ ਤਾਂ ਨਹੀਂ ਜਾਣਗੀਆਂ। ਪਰ ਉਹ ਕਹਿੰਦੀਆਂ ਚਾਹੇ ਹਨੇਰੀ ਆਵੇ, ਮੀਂਹ ਆਵੇ, ਚੱਖੜ ਆਵੇ, ਜੋ ਮਰਜ਼ੀ ਆਵੇ, ਅਸੀਂ ਉੱਥੇ ਡਟੇ ਹੋਏ ਹਾਂ। 26 ਤਰੀਕ ਤੱਕ ਦਾ ਪ੍ਰੋਗਰਾਮ ਦਿੱਤਾ ਹੋਇਆ, ਹੁਣ 8 ਤਰੀਕ 'ਤੇ ਸਰਕਾਰ ਕੀ ਫੈਸਲਾ ਕਰਦੀ ਹੈ ਅਤੇ ਨਜ਼ਰ ਅਦਾਲਤ ਦੇ ਰੁੱਖ 'ਤੇ ਵੀ ਰਹੇਗੀ। ਬਹੁਤ ਧੰਨਵਾਦ।